योगी सरकार ਜਦੋਂ ਦੀ ਬਣੀ 17 ਦੇ ਵਿੱਚ ਬਣੀ ਆ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਉਹਨੇ ਕੰਮ ਕੀਤਾ ਇੱਕ ਤਾਂ ਉਹਦੀ ਜਿਹੜੀ ਠੋਕੋ ਰਾਜਨੀਤੀ ਸੀਗੀ ਜਿਹਦੇ ਤਹਿਤ ਉਹਨੇ ਮਾਰੇ ਚੁਪ ਚੁਪ ਕੇ ਬਹੁਤ ਸਾਰੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਗੈਂਗਸਟਰ ਵੀ ਮਾਰੇ ਗਏ ਪਰ ਕੁਝ ਇਨੋਸੈਂਟ ਲੋਕ ਵੀ ਉਹਦੇ ਵਿੱਚ ਮਾਰੇ ਗਏ ਮਮਤਾ ਬੇਨਰਜੀ ਨੇ ਇਹ ਗੱਲ ਇਥੇ ਕਹੀ ਆ ਕੇ ਕਿ ਜੇ ਯੋਗੀ ਆ ਆ ਜਾਊਗਾ ਤਾਂ ਉਹ ਸਭ ਨੂੰ ਖਾ ਜਾਊਗਾ ਅਕਿਲੇਸ਼ ਯਾਦਵ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਪਾਰਟੀ ਬਿਲਡ ਕੀਤੀ ਆ ਪਿਛਲੇ ਮਹੀਨਿਆਂ ਦੇ ਦੌਰਾਨ ਹੈ ਉਹਦੇ ਵਿੱਚ ਉਹਨਾਂ ਦੀ ਮੈਜੋਰਿਟੀ ਬਿਲਕੁਲ ਜਿਹੜੀ ਉਹ ਝਲਕਦੀ ਆ ਛੋਟੇ ਛੋਟੇ ਗਰੁੱਪਾਂ ਨੂੰ ਸਾਰਿਆਂ ਨੂੰ ਉਹਨਾਂ ਨੇ ਨਾਲ ਲੈ ਲਿਆ ਖਾਸ ਤੌਰ ਦੇ ਤੇ ਯਾਦਵ ਤੇ ਚੌਧਰੀ ਦਾ ਜਿਹੜਾ ਮੇਲ ਉਹਨੇ ਭਾਰਤੀ ਜਨਤਾ ਪਾਰਟੀ ਨੂੰ ਵਕਤ ਪਾਇਆ ਹੋਇਆ ਹਮਤਾ ਬੈਨਰਜੀ ਹੋਰਾਂ ਨੇ ਇਹ ਗੱਲ ਸਮਝ ਲਈ ਜੇ ਨੈਸ਼ਨਲ ਪੋਲਿਟਿਕਸ ਦੇ ਉੱਤੇ ਜਾਣਾ ਜੇ ਦਿੱਲੀ ਦੀ ਕੁਰਸੀ ਜਿਹੜੀ ਆ ਉਹ ਹਾਸਲ ਕਰਨੀ ਹੈ ਉਦੇ ਵਾਸਤੇ ਤੁਹਾਨੂੰ ਖੇਤਰੀ ਪਾਰਟੀਆਂ ਰੀਜਨਲ ਪਾਰਟੀਆਂ ਜਿਹੜੀਆਂ ਵੱਡੀਆਂ ਖੇਤਰੀ ਪਾਰਟੀਆਂ ਨੇ ਉਹਨਾਂ ਨੂੰ ਨਾਲ ਜੋੜ ਕੇ ਜਾਣਾ ਪਊਗਾ ਵਿਕੇਸ਼ਟ ਕਹਿਤ ਹੋਣੇ ਖੁਦ ਸਿਆਸਤ ਦੇ ਵਿੱਚ ਨਹੀਂ ਗਏ ਪਰ ਇਹ ਇਸ ਵੇਲੇ ਸਿਆਸੀ ਪਾਰਟੀਆਂ ਦੇ ਵਾਸਤੇ ਸਿਆਸਤ ਦਾ thora ਜ਼ਰੂਰ ਬਣੇ ਤੇ ਕਿਸਾਨ ਮੋਰਚਾ ਚੱਲਦਾ ਸੀਗਾ ਜਿੰਨਾਂ ਤੱਕ ਜਿਹੜੇ ਕੁਝ ਆਗੂ ਬਹੁਤ ਵੱਡੇ ਰੂਪ ਦੇ ਵਿੱਚ ਉਭਰੇ ਜਿਨ੍ਹਾਂ ਨੂੰ ਵਿਰੋਧੀ ਧਿਰ ਵਜੋਂ ਲਿਆ ਜਾਣ ਲੱਗਿਆ ਪਤਾ ਨਹੀਂ ਕਿੱਥੋਂ ਇੱਕਦਮ ਇਹਨਾਂ ਨੇ ਐਡੀ ਤੇਜ਼ੀ ਦੇ ਨਾਲ ਆ ਕੇ ਇਹ ਫੈਸਲਾ ਕਰ ਲਿਆ ਕਿ ਅਸੀਂ ਖੇਤਾਂ ਤੇ ਚੋਣਾ ਲੜਨੀਆਂ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਮੱਤੇਵਾੜਾ ਜੰਗਲ ਵੀ ਖਾ ਚੱਲੇ ਸੀਗੇ ਇਹ ਚੁੱਕ ਚੁੱਕ ਕੇ ਦੇਈ ਜਾਂਦੇ ਕਾਰਪੋਰੇਟਾਂ ਨੂੰ ਕਾਰਪੋਰੇਟਾਂ ਨੇ ਕਿਹੜੀ ਇੰਡਸਟਰੀ ਇੱਥੇ ਲਾਈ ਹੈ ਜਨਾਹਨ ਗਾਂਧੀ ਹੋਰਾਂ ਨੇ ਉਸ ਦਿਨ ਇਹ ਕਿਹਾ ਕਿ ਅਸੀਂ ਜਿਹੜਾ ਸਰਵੇ ਕਰਾਇਆ ਉਹ ਇਹ ਕਹਿੰਦਾ ਹੈ ਕਿ ਗਰੀਬ ਨੂੰ ਅਸੀਂ ਮੁੱਖ ਮੰਤਰੀ ਦਾ ਚਿਹਰਾ ਬਣਾਵਾਂਗੇ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦਾ ਸੀਐਮ ਚਿਹਰਾ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਰਾਹੁਲ ਗਾਂਧੀ ਹੁਰੀ ਖੁਦ ਅਰਬਪਤੀ ਨੇ ਇਸ ਕਰਕੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਸਾਹਮਣੇ ਚਰਨਜੀਤ ਚੰਨੀ ਹੁਰੀ ਗਰੀਬ ਨੇ ਰਾਹੁਲ ਗਾਂਧੀ ਹੁਰੀ ਕਹਿੰਦੇ ਕਿ ਚਿਹਰਾ ਵੇਖ ਕੇ ਲੋਕ ਵੋਟ ਪਾਉਣਗੇ ਉਹ ਕਹਿੰਦੇ ਵਾਕਿਆ ਹੀ ਗੱਲ ਠੀਕ ਆ ਲੋਕ ਚਿਹਰਾ ਵੇਖ ਕੇ ਵੋਟ ਪਾਉਣਗੇ ਪਰ ਚਰਨਜੀਤ ਸਿੰਘ ਚੰਨੀ ਹੁਰਾਂ ਦਾ ਚਿਹਰਾ ਵੇਖ ਕੇ ਵੋਟ ਨਹੀਂ ਪਾਉਣਗੇ ਬਲਕਿ ਆਪਣੇ ਘਰ ਦੇ ਅੰਦਰ ਬੱਚਿਆਂ ਦੇ ਭਵਿੱਖ ਨੂੰ ਦੇਖ ਕੇ ਵੋਟ ਪਾਉਣਗੇ ਸਿਮਰਜੀਤ ਸਿੰਘ ਬੈਂਸੂਰੀ ਅਸਲ ਦੇ ਵਿੱਚ ਪਹਿਲਾਂ ਹੀ ਕੰਟਰੋਵਰਸੀ ਦੇ ਵਿੱਚ ਨੇ ਜਿਹੜਾ ਜ਼ਬਰਜਨਾਹ ਤੇ ਦੋਸ਼ ਉਹਨਾਂ ਦੇ ਉੱਤੇ ਲੱਗੇ ਹੋਏ ਨੇ ਉਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਉਹਨਾਂ ਨੂੰ ਗ੍ਰਿਫਤਾਰੀ ਤੋਂ ਰਾਹਤ ਦਿੱਤੀ ਆ ਪਰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਹੋ ਜਾਣਾ ਸਿਮਰਜੀਤ ਸਿੰਘ ਬੈਂਸੂਰਾਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਕਰੂਗਾ ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਸਤਿ ਸ੍ਰੀ ਅਕਾਲ ਪ੍ਰੋਗਰਾਮ ਲੈ ਕੇ حاضر ਹਾਂ ਜੀ ਵਿਚਾਰ ਚਰਚਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਇੱਕ ਵਾਰ ਫਿਰ ਨਵੇਂ ਮੁੱਦਿਆਂ ਤੇ ਗੱਲਬਾਤ ਕਰਾਂਗੇ ਆਪਣੇ ਮਾਹਿਰ ਬਲਤੇਜ ਪੰਨੂ ਜੀ ਨਾਲ ਅੱਜ ਦੇ ਪ੍ਰੋਗਰਾਮ ਵਿੱਚ ਜਿਹੜੇ ਮੁੱਦੇ ਅਸੀਂ ਵਿਚਾਰਨੇ ਨੇ ਉਹਨਾਂ ਵਿੱਚ ਮੰਨਤਾ ਬੈਨਰਜੀ ਨੇ ਯੂਪੀ ਦੇ ਵਿੱਚ ਆ ਕੇ ਮੋਦੀ ਸਰਕਾਰ ਨੂੰ ਵੰਗਾਰਿਆ ਇਸ ਦੇ ਨਾਲ ਨਾਲ ਸੰਯੁਕਤ ਸਮਾਜ ਮੋਰਚੇ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਤੇ ਨਾਲ ਦੀ ਨਾਲ ਜੰਨੀ ਦਾ ਨਾਮ ਗਰੀਬਾਂ ਦੀ ਲਿਸਟ ਵਿੱਚ ਕਿਉਂ ਆਇਆ ਤੇ ਕਿਸ ਤਰ੍ਹਾਂ ਆਇਆ ਤੇ ਕਿਸ ਨੇ ਇਸ ਦੀ ਗੱਲ ਕੀਤੀ ਹੈ ਅਖੀਰ ਵਿੱਚ ਥੋੜਾ ਜਿਹਾ ਗਲਬਾਤ ਸਿਮਰਜੀਤ ਬੈਂਸ ਦੀ ਗ੍ਰਿਫਤਾਰੀ ਦੀ ਵੀ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਦਾ ਪੰਨੂ ਸਾਹਿਬ ਸਵਾਗਤ ਸਤਿ ਸ਼੍ਰੀ ਅਕਾਲ ਜੀ ਮਿਹਰਬਾਨੀ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਮਮਤਾ ਬੈਨਰਜੀ ਜਿਸ ਨੂੰ ਆਪਣੀ ਧਰਤੀ ਤੇ ਵਾਰ-ਵਾਰ ਵੰਗਾਰਿਆ ਜਾ ਕੇ ਭਾਰਤ ਦੇ ਗ੍ਰਹਿ ਮੰਤਰੀ ਨੇ ਵੀ ਪ੍ਰਧਾਨ ਮੰਤਰੀ ਨੇ ਵੀ ਤੇ ਹੋਰਨਾਂ ਨੇ ਵੀ ਤੇ ਬੰਗਾਲ ਦੇ ਵਿੱਚ ਦੀਦੀ ਉਹ ਦੀਦੀ ਤੇ ਖੇਲਾ ਹੋਵੇ ਦਾ ਮੁਕਾਬਲਾ ਜਿਹੜਾ ਸੀ ਉਹ ਹੋਇਆ ਤੇ ਅਖੀਰ ਵਿੱਚ ਰਿਜ਼ਲਟ ਸਾਰਿਆਂ ਦੇ ਸਾਹਮਣੇ ਨੇ ਜੋ ਹੋਇਆ ਜਿਹੜੇ ਲੋਕ ਮੰਮਤਾ ਨੂੰ ਛੜ ਛੜ ਕੇ ਜਾ ਰਹੇ ਸੀ ਚੋਣਾਂ ਤੋਂ ਇੱਕ ਦਿਨ ਪਹਿਲਾਂ ਤੱਕ ਨਤੀਜੇ ਆਉਣ ਤੋਂ ਬਾਅਦ ਤਕਰੀਬਨ ਸਾਰੇ ਵਾਪਸ ਪਰਤ ਆਏ ਨੇ ਤੇ ਯੂਪੀ ਦੇ ਵਿੱਚ ਮੰਮਤਾ ਬੇਨਰਜੀ ਨੇ ਪਹੁੰਚ ਕੇ ਵੰਗਾਰਿਆ ਹੈ ਨਰਿੰਦਰ ਮੋਦੀ ਨੂੰ ਤੇ ਭਾਜਪਾ ਸਰਕਾਰਾਂ ਨੂੰ ਤੇ ਕੇਂਦਰ ਸਰਕਾਰ ਨੂੰ ਪਾਰਟੀ ਨੂੰ ਤੇ ਯੋਗੀ ਨੂੰ ਸਿੱਧਾ-ਸਿੱਧਾ ਚੈਲੰਜ ਕੀਤਾ ਹੈ ਇਸ ਨੂੰ ਤੁਸੀਂ ਕਿਵੇਂ ਇਸ ਦਾ ਵਿਸ਼ਲੇਸ਼ਣ ਕਰਦੇ ਹੋ ਦੇਖੋ ਉੱਤਰ ਪ੍ਰਦੇਸ਼ ਦੀ ਜਿਹੜੀ ਰਾਜਨੀਤੀ ਹੈ ਉਹ ਇਸ ਪੱਖੋਂ ਬੜੀ ਅਹਿਮ ਹੈ ਕਿ ਦਿੱਲੀ ਦੀ ਕੁਰਸੀ ਵਾਇਆ ਲਖਨਊ ਮਿਲਦੀ ਹੈ ਇਹ ਸਾਰੇ ਜਾਣਦੇ ਨੇ ਇਸ ਕਰਕੇ ਉੱਤਰ ਪ੍ਰਦੇਸ਼ ਦੇ ਵਿੱਚ ਯੋਗੀ ਸਰਕਾਰ ਜਦੋਂ ਦੀ ਬਣੀ 17 ਦੇ ਵਿੱਚ ਬਣੀ ਆ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਉਹਨੇ ਕੰਮ ਕੀਤਾ ਇੱਕ ਤਾਂ ਉਹਦੀ ਜਿਹੜੀ ਠੋਕੋ ਰਾਜਨੀਤੀ ਸੀਗੀ ਜਿਹਦੇ ਤਹਿਤ ਉਹਨੇ ਮਾਰੇ ਚੁੱਕ ਚੁੱਕੇ ਬਹੁਤ ਸਾਰੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਗੈਂਗਸਟਰ ਵੀ ਮਾਰੇ ਗਏ ਪਰ ਕੁਝ ਇਨੋਸੈਂਟ ਲੋਕ ਵੀ ਉਹਦੇ ਵਿੱਚ ਮਾਰੇ ਗਏ ਹਮੇਸ਼ਾ ਉਹਦਾ ਚਰਚਾ ਚੱਲਦਾ ਰਿਹਾ ਔਰ ਜਿਸ ਤਰੀਕੇ ਦੇ ਨਾਲ ਜਦੋਂ ਕਰੋਨਾ ਸੀਗਾ ਉਹ ਫੇਲ ਹੋਇਆ ਉਹਦੀ ਚਰਚਾ ਵੀ ਦੁਨੀਆ ਭਰ ਦੀਆਂ ਅਖਬਾਰਾਂ ਨੇ ਬਲਕਿ ਜਿਹੜਾ ਉਹ ਕੀਤੀ ਲਾਸ਼ਾਂ ਰੁੜਦੀਆਂ ਗੰਗਾ ਕੰਢੇ ਵੇਖੀਆਂ ਮੈਂ ਅੱਜ ਸਵੇਰ ਦਾ ਦੇਖ ਰਿਹਾ ਸੀ ਕਿ ਟਵਿੱਟਰ ਦੇ ਉੱਤੇ ਇੱਕ ਵਾਰ ਛੜੀ ਹੋਈ ਆ yogi aditya nath ਤੇ arvind kejriwal ਦੇ ਵਿਚਾਲੇ ਹੂੰ ਹੂੰ yogi aditya nath ਇਹ ਕਹਿ ਰਿਹਾ ਕਿ ਤੁਸੀਂ ਜਿਹੜੇ ਪ੍ਰਵਾਸੀ ਮਜ਼ਦੂਰ ਸੀਗੇ ਉਹਨਾਂ ਨੂੰ ਕਰੋਨਾ ਦੇ ਦੌਰਾਨ ਦਿੱਲੀ ਚੋਂ ਕੱਢ ਦਿੱਤਾ ਜਿਹਦੇ ਕਰਕੇ ਮੁਸ਼ਕਲਾਂ ਖੜੀਆਂ ਹੋਈਆਂ ਕਿਹਨੇ ਕਿਹਨੂੰ ਕੱਢਿਆ ਉਹ ਉਦੋਂ ਸਭ ਨੂੰ ਪਤਾ ਮਹਾਰਾਸ਼ਟਰ ਚੋਂ ਕਿਵੇਂ ਡਰਦੇ ਗਏ ਪੰਜਾਬ ਦੇ ਵਿੱਚੋਂ ਕਿਵੇਂ ਡਰਦੇ ਪਰਵਾਸੀ ਮਜ਼ਦੂਰ ਆਪਣੇ ਸੂਬਿਆਂ ਵੱਲ ਨੂੰ ਚਲੇ ਗਏ ਜਦੋਂ ਤੁਸੀਂ ਇਹ 2-3 ਘੰਟੇ ਦੇ ਨੋਟਿਸ ਦੇ ਉੱਤੇ ਸਾਰਾ ਕੁਝ ਬੰਦ ਕਰ ਦਿੱਤਾ ਹੋਵੇ ਤੇ ਆਮ ਬੰਦੇ ਨੇ ਡਰਨਾ ਹੀ ਸੀਗਾ ਵਿਚਾਰੇ ਇਹਨੇ ਮਜ਼ਦੂਰ ਨੇ ਉਹਨੂੰ ਇਹ ਡਰ ਪੈ ਗਿਆ ਜਦੋਂ ਕੰਮ ਹੀ ਹੈ ਨਹੀਂ ਮੈਂ ਇੱਥੇ ਮਰ ਜੂੰਗਾ ਇਹ ਗੱਲ ਉਹਨਾਂ ਦੇ ਦਿਮਾਗ ਦੇ ਵਿੱਚ ਉਦੋਂ ਵੱੜ ਗਈ ਸੀ ਕਿ ਜੇ ਮਰਨਾ ਹੀ ਹੈ ਆਪਣਿਆਂ ਦੇ ਵਿੱਚ ਜਾ ਕੇ ਮਰੀਏ ਹੁਣ ਇਹ ਨਵੀਂ ਕਿਸਮ ਦੀ ਜਿਹੜੀ ਆ ਇੱਕ ਦੂਜੇ ਦੇ ਉੱਤੇ ਇਲਜ਼ਾਮਬਾਜ਼ੀ ਸ਼ੁਰੂ ਹੋਈ ਹੈ ਇਦੇ ਵਿੱਚ ਮੰਮਤਾ ਬੈਨਰਜੀ ਹੁਰੀ ਵੀ ਆ ਗਏ ਨੇ ਔਰ ਉਹਨਾਂ ਨੇ ਆ ਕੇ ਲਖਨਊ ਦੇ ਵਿੱਚ ਅਖਿਲੇਸ਼ ਯਾਦਵ ਦੇ ਨਾਲ ਸਾਂਝੇ ਤੌਰ ਦੇ ਉੱਤੇ ਪ੍ਰੈਸ ਕਾਨਫਰੰਸ ਕੀਤੀ ਹੈ ਖੇਲਾ ਹੋਵੇ ਇਹ ਬੜਾ ਫੇਮਸ ਵਰਡ ਹੋਇਆ ਸੀਗਾ ਜਦੋਂ ਪੱਛਮੀ ਬੰਗਾਲ ਦੀਆਂ ਚੋਣਾ ਸੀਗੀਆਂ ਆ ਇੱਥੇ ਆ ਕੇ ਵੀ ਉਹਨਾਂ ਨੇ ਇਹ ਕਿਹਾ ਕਿ ਖੇਲਾ ਸ਼ੁਰੂ ਇਹ ਖੇਲਾ ਇੱਥੇ ਵੀ ਹੁਣ ਸ਼ੁਰੂ ਕਰ ਦਿੱਤਾ ਔਰ ਮੰਮਤਾ ਬੈਨਰਜੀ ਨੇ ਇਹ ਗੱਲ ਇਥੇ ਕਹੀ ਆ ਕੇ ਕਿ ਜੇ yogi ਆ ਜਾਊਗਾ ਤਾਂ ਉਹ ਸਭ ਨੂੰ ਖਾ ਜਾਊਗਾ ਇਹਦਾ ਉਹਨਾਂ ਨੇ ਦਿੱਤਾ ਕਿ yogi ਆ ਜਾਏਗਾ ਤਾਂ ਸਭ ਕੋ ਖਾ ਜਾਏਗਾ ਔਰ ਮਮਤਾ ਬੈਨਰਜੀਵਰਾਂ ਨੇ ਅਕਿਲੇਸ਼ ਦਾ ਸ਼ੁਕਰੀਆ ਕੀਤਾ ਕਿ ਉਹਨਾਂ ਨੇ ਜਯਾ ਬਚਨ ਤੇ ਕਿਰਨਮੇ ਨੰਦਾ ਨੂੰ ਬੰਗਾਲ ਭੇਜ ਕੇ ਸਾਡੇ ਵਾਸਤੇ ਕੈਂਪੇਨ ਕਰਵਾਇਆ ਸੀਗਾ ਭਾਰਤੀ ਜਨਤਾ ਪਾਰਟੀ ਨੂੰ ਲੰਮੇ ਹੱਥੀ ਲਿਆ ਉਹਨਾਂ ਨੇ ਕਿਹਾ ਕਿ ਜਦੋਂ ਕੋਵਿਡ ਦੇ ਨਾਲ ਲੋਕ ਮਰ ਰਹੇ ਸੀ ਤਾਂ ਯੂਪੀ ਦੇ ਵਿੱਚ ਯੋਗੀ ਕਿੱਥੇ ਸੀ ਹਾਂ ਔਰ ਇਹ ਵੀ ਕਿਹਾ ਕਿ ਤੁਸੀਂ ਉਹਨਾਂ ਲੋਕਾਂ ਤੋਂ ਪਰਿਵਾਰਾਂ ਤੋਂ ਮਾਫੀ ਮੰਗੋ ਜਿਨ੍ਹਾਂ ਲੋਕਾਂ ਦੀਆਂ ਲਾਸ਼ਾਂ ਤੁਸੀਂ ਗੰਗਾ ਦੇ ਵਿੱਚ ਉਹਨਾਂ ਨੂੰ ਸੁੱਟਣ ਦੇ ਵਾਸਤੇ ਮਜਬੂਰ ਕੀਤਾ ਤੁਸੀਂ ਜਨਤਾ ਤੋਂ ਮਾਫੀ ਮੰਗੋ ਉਹਨਾਂ ਨੇ ਕਿਹਾ ਕਿ ਮੋਦੀ ਕਹਿੰਦੇ ਆ ਕਿ ਅਸੀਂ ਯੂਪੀ ਨੂੰ ਪੈਸਾ ਦਿੱਤਾ ਉਹਨਾਂ ਨੇ ਕਿਹਾ ਕਿ ਕੀ ਮੋਦੀ ਜੀ ਨੇ ਆਪਣੀ ਜੇਬ ਦੇ ਵਿੱਚੋਂ ਪੈਸਾ ਦਿੱਤਾ ਇਹ ਸਾਰੇ ਰਾਜਾਂ ਨੂੰ ਮਿਲਦਾ ਹੈ ਤੇ ਇਹ ਜਨਤਾ ਦਾ ਪੈਸਾ ਹੈ। ਮੰਮਤਾ ਬੈਨਰਜੀ ਨੇ ਇਹ ਆਪਣੇ ਹਮਲੇ ਜਾਰੀ ਰੱਖਦਿਆਂ ਹੋਇਆ ਇਹ ਵੀ ਗੱਲ ਕਹੀ ਕਿ ਯੂਪੀ ਦੇ ਵਿੱਚ ਸ਼ਰਿਆਮ ਗੁੰਡਾਗਰਦੀ ਚੱਲ ਰਹੀ ਹੈ। ਸ਼ਰਮ ਦੀ ਗੱਲ ਹੈ ਕਿ ਕਿਸਾਨ ਅੰਦੋਲਨ ਕਰ ਰਿਹਾ। ਭਾਰਤੀ ਜਨਤਾ ਪਾਰਟੀ ਦੇ ਮਨਿਸਟਰ ਦੇ ਮੁੰਡੇ ਨੇ ਕਿਸਾਨਾਂ ਦੇ ਉੱਤੇ ਗੱਡੀ ਚੜਾ ਕੇ ਉਹਨਾਂ ਨੂੰ ਮਾਰਿਆ। ਇਹ ਵੀ ਕਿਹਾ ਕਿ ਭਾਜਪਾ ਦੇ ਨਾਲ ਮੇਰੀ ਵਿਚਾਰਾਂ ਦੀ ਲੜਾਈ ਹੈ। ਔਰ ਇਹ ਵੀ ਕਿਹਾ ਕਿ ਬਹੁਤ ਸਾਰੇ ਫੁੱਲ ਲੈ ਕੇ ਇੱਕ ਮਾਲਾ ਬਣਾਈ ਜਾਂਦੀ ਆ। ਪਰਿਵਾਰ ਦੇ ਵਿੱਚ ਸਿਰਫ ਇੱਕ ਹੀ ਆਦਮੀ ਨਹੀਂ ਰਹਿੰਦਾ ਬਾਕੀ ਮੈਂਬਰ ਵੀ ਜਿਹੜੇ ਉਹ ਰਹਿੰਦੇ ਆ ਮਮਤਾ ਬੈਨਰਜੀ ਦਾ ਉੱਤਰ ਪ੍ਰਦੇਸ਼ ਦੇ ਵਿੱਚ ਜਾਣਾ ਅਖਿਲੇਸ਼ ਯਾਦਵ ਦੇ ਨਾਲ ਜਾ ਕੇ ਪ੍ਰੈਸ ਕਾਨਫਰੰਸ ਕਰਨੀ ਇਹਦੇ ਬੜੇ ਵੱਡੇ ਮਾਇਨੇ ਨੇ ਹਮਮ ਕਿਉਂਕਿ ਜੇ ਤੁਸੀਂ ਦੇਖਿਆ ਹੋਵੇ ਤਾਂ ਪਿਛਲੇ ਦਿਨਾਂ ਤੋਂ ਪੀਕੇ ਪ੍ਰਸ਼ਾਂਤ ਕੁਸ਼ੋਰ ਨੇ ਕੋਸ਼ਿਸ਼ ਕੀਤੀ ਸੀਗੀ ਮਮਤਾ ਬੈਨਰਜੀ ਉਹਨਾਂ ਨੂੰ ਇੱਕਦਮ ਤੇਜ਼ੀ ਦੇ ਨਾਲ ਕਈ ਦਿੱਲੀ ਲੈ ਗਏ ਮਹਾਰਾਸ਼ਟਰ ਲੈ ਗਏ ਯੂਪੀ ਲੈ ਗਏ ਕਿ ਛੇਤੀ ਛੇਤੀ ਉਹਨੂੰ ਨੈਸ਼ਨਲ ਪੋਲਿਟਿਕਸ ਦੇ ਵਿੱਚ ਲਿਆਂਦਾ ਜਾਵੇ ਪਰ ਜੇ ਇਸ ਕਿਸਮ ਦਾ ਰਿਸਪੌਂਸ ਜਾਂ ਜਿੱਦਾਂ ਸਾਰਾ ਕੁਝ ਮਿਲਿਆ ਉਹਦੇ ਤੋਂ ਸ਼ਾਇਦ ਕਿਤੇ ਨਾ ਕਿਤੇ ਜੇ ਆਪਾਂ ਉਹਨੂੰ ਨੋਟਿਸ ਕਰੀਏ ਤਾਂ ਪ੍ਰਸ਼ਾਂਤ ਕੁਸ਼ੋਰ ਵੀ ਸ਼ਾਂਤ ਨੇ ਇਹਨਾਂ ਦਿਨਾਂ ਦੇ ਵਿੱਚ ਤੇ ਮੰਮਤਾ ਬੈਨਰਜੀ ਹੁਰਾਂ ਦੇ ਵੀ ਬਹੁਤੀ ਬਿਆਨਬਾਜ਼ੀ ਜਿਹੜੀ ਮੌਜੂਦਾ ਚੱਲ ਰਿਹਾ ਪਾਰਲੀਮੈਂਟ ਸੈਸ਼ਨ ਆ ਉਹਦੇ ਵਿੱਚ ਵੀ ਨਹੀਂ ਆਈ ਇਹਦਾ ਮਤਲਬ ਇਹ ਲਿਆ ਜਾ ਸਕਦਾ ਹੈ ਕਿ ਮੰਮਤਾ ਬੈਨਰਜੀ ਹੁਰਾਂ ਨੇ ਇਹ ਗੱਲ ਸਮਝ ਲਈ ਜੇ ਨੈਸ਼ਨਲ ਪੋਲਿਟਿਕਸ ਦੇ ਉੱਤੇ ਜਾਣਾ ਜੇ ਦਿੱਲੀ ਦੀ ਕੁਰਸੀ ਜਿਹੜੀ ਆ ਉਹ ਹਾਸਲ ਕਰਨੀ ਆ ਉਹਦੇ ਵਾਸਤੇ ਤੁਹਾਨੂੰ ਖੇਤਰੀ ਪਾਰਟੀਆਂ ਰੀਜਨਲ ਪਾਰਟੀਆਂ ਜਿਹੜੀਆਂ ਵੱਡੀਆਂ ਖੇਤਰੀ ਪਾਰਟੀਆਂ ਨੇ ਉਹਨਾਂ ਨੂੰ ਨਾਲ ਜੋੜ ਕੇ ਜਾਣਾ ਪਊਗਾ ਆਪਣੇ ਤੌਰ ਦੇ ਜਿਹੜੀ ਤਿਰਨਮੂਲ ਕਾਂਗਰਸ ਆ ਉਹ ਕੁਝ ਨਹੀਂ ਕਰ ਸਕਦੀ ਕਿਉਂਕਿ ਇਸ ਤਰ੍ਹਾਂ ਕਦੀ ਵੀ ਓਵਰਨਾਈਟ ਨਹੀਂ ਹੁੰਦਾ ਦੋ ਚੌ ਮਹੀਨਿਆਂ ਦੇ ਵਿੱਚ ਨਹੀਂ ਹੁੰਦਾ ਕਿ ਕੋਈ ਇੱਕ ਪਾਰਟੀ ਨੇ ਇੱਕ ਰਾਜ ਜਿੱਤਿਆ ਤੇ ਉਹਦੀਆਂ ਜੜ੍ਹਾਂ ਫਿਰ ਸਮੁੱਚੇ ਭਾਰਤ ਦੇ ਵਿੱਚ ਲੱਗ ਜਾਣ ਹਰ ਰਾਜ ਦੇ ਵਿੱਚ ਉਥੋਂ ਦੀ ਮੁਸ਼ਕਲ ਵੱਖਰੀ ਆ ਉਥੋਂ ਦੀ ਰਾਜਨੀਤੀ ਦਾ ਰੰਗ ਵੱਖਰਾ ਹੈ ਇਹ ਸ਼ਾਇਦ ਗੱਲ ਮਮਤਾ ਬੈਨਰਜੀ ਸਮਝ ਗਏ ਨੇ ਇਸੇ ਕਰਕੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਹਰਾ ਸਕਣ ਦੀ ਸਮਰੱਥਾ ਰੱਖਣ ਵਾਲੀ ਸਮਾਜਵਾਦੀ ਪਾਰਟੀ ਦੀ ਆ ਕੇ ਪਿੱਠ ਥਾਪੜ ਦਿੱਤੀ ਆ ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਪਾਰਟੀ ਬਿਲਡ ਕੀਤੀ ਆ ਪਿਛਲੇ ਮਹੀਨਿਆਂ ਦੇ ਦੌਰਾਨ ਉਹਦੇ ਵਿੱਚ ਉਹਨਾਂ ਦੀ ਮੈਜੋਰਿਟੀ ਬਿਲਕੁਲ ਜਿਹੜੀ ਉਹ ਝਲਕਦੀ ਆ ਛੋਟੇ ਛੋਟੇ ਗਰੁੱਪਾਂ ਨੂੰ ਸਾਰਿਆਂ ਨੂੰ ਉਹਨਾਂ ਨੇ ਨਾਲ ਲੈ ਲਿਆ ਖਾਸ ਤੌਰ ਦੇ ਤੇ ਯਾਦਵ ਤੇ ਚੌਧਰੀ ਦਾ ਜਿਹੜਾ ਮੇਲ ਉਹਨੇ ਭਾਰਤੀ ਜਨਤਾ ਪਾਰਟੀ ਨੂੰ ਵਕਤ ਪਾਇਆ ਹੋਇਆ ਤੇ ਜਦੋਂ ਪਾਰਟੀ ਭਾਰਤੀ ਜਨਤਾ ਪਾਰਟੀ ਨੂੰ ਘੇਰਨ ਦੇ ਵਾਸਤੇ ਮਮਤਾ ਵੈਨਰਜੀ ਵਰਗੀ ਤੇਜ਼ ਤਰਾਰ ਆਗੂ ਚਾਹੇ ਇੱਕ ਪ੍ਰੈਸ ਕਾਨਫਰੰਸ ਕਰਨ ਦੇ ਵਾਸਤੇ ਹੀ ਆ ਜਾਵੇ ਉਹਦੇ ਬੜੇ ਸਾਰੇ ਮਾਇਨੇ ਜਿਹੜੇ ਉਹ ਕੱਢੇ ਜਾ ਸਕਦੇ ਔਰ ਖਾਸ ਤੌਰ ਦੇ ਤੇ ਮੈਨੂੰ ਇਹ ਲੱਗਦਾ ਹੈ ਕਿ ਸ਼ਾਇਦ ਮਮਤਾ ਵੈਨਰਜੀ ਹੁਣ ਡਿਫਰੈਂਟ ਵੇ ਦੇ ਨਾਲ ਅੱਗੇ ਵਧਣਗੇ 24 ਦੇ ਵਾਸਤੇ ਇੱਥੇ ਜਿਵੇਂ ਉਹ ਕਰਨਗੇ ਉਧਰ ਲਾਲੂ ਪ੍ਰਸਾਦ ਯਾਦਵ ਦੀ ਬਿਹਾਰ ਦੇ ਵਿੱਚ ਪਾਰਟੀ ਵੱਡੀ ਆ ਉਥੇ ਉਹਦੇ ਨਾਲ ਗੰਢ ਤੁੱਪ ਕਰ ਸਕਦੇ ਆ ਸ਼ਿਵ ਸੈਨਾ ਮਹਾਰਾਸ਼ਟਰ ਦੇ ਵਿੱਚ ਹੈ ਉਹਦੇ ਨਾਲ ਅੱਗੇ ਤੁਰ ਸਕਦੇ ਆ ਇਹਦਾਂ ਦੀਆਂ ਪਾਰਟੀਆਂ ਉਹ ਵੱਡੇ ਰਾਜਾਂ ਵਾਲੀਆਂ ਪਹਿਲਾਂ ਲੱਭਣਗੇ ਜੇ ਸਮਾਜਵਾਦੀ ਪਾਰਟੀ ਤੇ ਉਹਦੀਆਂ ਸਹਿਯੋਗੀ ਤਰ੍ਹਾਂ ਉੱਤਰ ਪ੍ਰਦੇਸ਼ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਹਰਾ ਦਿੰਦੀਆਂ ਨੇ ਤਾਂ ਪੱਛਮੀ ਬੰਗਾਲ ਤੋਂ ਬਾਅਦ ਇੱਕ ਵੱਡਾ ਰਾਜ ਹੋਊਗਾ ਜਿੱਥੇ ਪਲਟਾ ਭਾਰਤੀ ਜਨਤਾ ਪਾਰਟੀ ਨੂੰ ਵੱਜੂਗਾ ਤੇ ਮੇਰੀ ਜਾਦੇ ਜਿਹੜੀਆਂ ਰੀਜਨਲ ਪਾਰਟੀਆਂ ਨੇ ਜਿਹੜੀਆਂ ਖੇਤਰੀ ਪਾਰਟੀਆਂ ਨੇ ਉਹਨਾਂ ਦੇ ਵਿੱਚ ਸਾਹਸ ਸੱਤ ਵਾਪਸ ਆ ਜਾਊਗਾ ਜਿਹੜਾ ਕਿ ਪਿਛਲੇ ਕੁਝ ਸਾਲਾਂ ਤੋਂ ਲਗਭਗ ਮੁੱਕਿਆ ਪਿਆ ਪੰਨੂ ਸਾਹਿਬ ਪੰਜਾਬ ਦੇ ਵਿੱਚ ਵੀ ਜੜਾ ਲਾਉਣ ਦੀ ਕੋਸ਼ਿਸ਼ ਤਰਣਮੂਲ ਕਾਂਗਰਸ ਵੱਲੋਂ ਹੋਈ ਸੀ ਤੇ ਜਗਮੀਤ ਸਿੰਘ ਬਰਾੜ ਜਿਹੜੇ ਸੀ ਉਹ ਇਸ ਪਾਰਟੀ ਦੇ ਪ੍ਰਧਾਨਤਾ ਪੈ ਗਏ ਸੀ ਖੈਰ ਉਹ ਹੁਣ ਵਾਪਸ ਅਕਾਲੀਆਂ ਵਿੱਚ ਜਾ ਚੁੱਕੇ ਨੇ ਇੱਕ ਮਿੰਟਾ ਸਵਾਲ ਹੈ ਇਸੇ ਵਿਸ਼ੇ ਨਾਲੇ ਕਿ ਜਿਸ ਤਰ੍ਹਾਂ ਮੰਮਤਾ ਬੇਨਰਜੀ ਨੇ ਗੱਡਸ ਵਿਖਾਏ ਨੇ ਭਾਜਪਾ ਨੂੰ ਲਲਕਾਰਨ ਵਾਲੇ ਲੋਕ ਬਹੁਤ ਥੋੜੇ ਨੇ ਜਿਸ ਤਰ੍ਹਾਂ ਉਹਨਾਂ ਨੇ ਗੱਡਸ ਵਿਖਾਏ ਨੇ ਤੇ ਯੂਪੀ ਵਿੱਚ ਜਾ ਕੇ ਪ੍ਰਚਾਰ ਕੀਤਾ ਕਿ ਹੋਰ ਕਿਸੇ ਤੋਂ ਇਸ ਤਰ੍ਹਾਂ ਦੀ ਉਮੀਦ ਹੈ ਕਿਸੇ ਹੋਰ ਆਪੋਜੀਸ਼ਨ ਦੇ ਮੁੱਖ ਮੰਤਰੀ ਤੋਂ ਉਹ ਨਹੀਂ ਹਾਲ ਦੀ ਘੜੀ ਨਹੀਂ ਜਿਹੜਾ ਜਿਉਂ ਦਿਖਦਾ ਹਾਂ ਜਦੋਂ ਮੈਂ ਇਹ ਕਿਹਾ ਕਿ ਦੇ ਇੱਥੇ ਅਖਿਲੇਸ਼ ਯਾਦਵ ਜਿੱਤ ਜਾਂਦੇ ਆ ਤੇ ਅਖਿਲੇਸ਼ ਯਾਦਵ ਦੇ ਵਿੱਚ ਇੱਕ ਤਾਂ ਜਿਹੜਾ ਉਹਨੇ ਪਿਛਲੇ 5 ਸਾਲਾਂ ਦੇ ਵਿੱਚ ਕਾਫੀ ਕੁਝ ਲਰਨ ਕੀਤਾ ਜਿਹੜਾ ਇੱਕ ਕਾਲਾ ਪੰਚ ਸੀ 17 ਦੇ ਵਿੱਚ ਤੁਸੀਂ ਦੇਖਿਆ ਹੋਊਗਾ ਉਹਦੇ ਵਿੱਚ ਉਹ ਹੁਣ ਹੈ ਨਹੀਂਗਾ ਉਹਦੇ ਵਿੱਚ ਇੱਕ ਠਹਿਰਾਓ ਆਇਆ ਜਿਹੜਾ ਕਿ ਕਿਸੇ ਵੀ ਪੋਲਿਟਿਸ਼ੀਅਨ ਦੇ ਵਿੱਚ ਬੜਾ ਜ਼ਰੂਰੀ ਹੁੰਦਾ ਉਹ ਠਹਿਰਾਓ ਈਵਨ ਮੰਮਤਾ ਬੇਨਰਜੀ ਹੋਰਾਂ ਦੇ ਵਿੱਚ ਵੀ ਹੈ ਨਹੀਂਗਾ ਹਾਂ ਹਾਂ ਉਹਨਾਂ ਦੇ ਵਿੱਚ ਵੀ ਕਾਲਾ ਪੰਨਾ ਹੈ ਹਾਲ ਦੀ ਘੜੀ ਇਹ ਦੋ ਚਿਹਰੇ ਜਿਹੜੇ ਉਹ ਦਿਖ ਰਹੇ ਆ ਤੀਜਾ ਚਿਹਰਾ ਜੇ ਕੋਈ ਉੱਭਰ ਸਕਦਾ ਤੇ ਉਹ ਲਾਲੂ ਪ੍ਰਸਾਦ ਯਾਦਵ ਦਾ ਬੇਟਾ ਮੇਰੀ ਜਾਚੇ ਉੱਭਰ ਸਕਦਾ ਹੁਣ ਕਾਂਗਰਸ ਦੀ ਜਿਹੜੀ ਸਮੱਸਿਆ ਹੈ ਨਾ ਜੀ ਸਭ ਤੋਂ ਵੱਡੀ ਇਹ ਹੈ ਕਿ ਕਾਂਗਰਸ ਗਾਂਧੀ ਪਰਿਵਾਰ ਤੋਂ ਬਿਨਾਂ ਕਿਸੇ ਹੋਰ ਵੱਲ ਦੇਖਦਾ ਨਹੀਂ ਜੇ ਕਾਂਗਰਸ ਦੇ ਵਿੱਚੋਂ ਜਿਹੜੇ ਨੇਤਾ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਵਿਦਿਆਰਥੀ ਨੇਤਾ ਨੇ ਉਹ ਗਏ ਨੇ ਬਿਹਾਰ ਤੋਂ ਉਹ ਆ ਜਾਂਦੇ ਨੇ ਜਾਂ ਇੱਕ ਚਿਹਰਾ ਗੁਜਰਾਤ ਦੇ ਵਿੱਚੋਂ ਹੈਗਾ ਪਟੇਲ ਹਰਦਿਕ ਪਟੇਲ ਇਹ ਕੁਝ ਬਲਾਰੇ ਦੇ ਤੌਰ ਦੇ ਉੱਤੇ ਔਰ ਜਾਂ ਜਿਹੜੇ ਭਾਰਤੀ ਜਨਤਾ ਪਾਰਟੀ ਨੂੰ ਜਿਹੜੇ ਪ੍ਰਧਾਨ ਮੰਤਰੀ ਮੋਦੀ ਨੇ ਉਹਨਾਂ ਨੂੰ ਘੇਰਦੇ ਨੇ ਪਰ ਹਾਲ ਦੀ ਘੜੀ ਜੇ ਦੇਖਿਆ ਜਾਵੇ ਜਿਹੜੇ ਅਗਰੈਸਿਵ ਹੋ ਕੇ ਘੇਰਦੇ ਆ ਉਹ ਮਹਿਜ਼ ਮੰਮਤਾ ਬੈਨਰਜੀ ਆ ਜਿਹੜੇ ਅਖਿਲੇਸ਼ ਯਾਦਵ ਨੇ ਪੈਂਦੇ ਤਾਂ ਉਹ ਵੀ ਪੂਰੇ ਨੇ ਪਰ ਉਹਨਾਂ ਦੇ ਵਿੱਚ ਇੱਕ ਧਰਮਾ ਆ ਗਿਆ ਉਹ ਧਰਮੇ ਦੇ ਨਾਲ ਉਹ ਪੈਂਦੇ ਨੇ ਜਿਵੇਂ ਪ੍ਰਧਾਨ ਮੰਤਰੀ ਮੋਦੀ ਹਮਲਾਵਰ ਹੋ ਜਾਂਦੇ ਨੇ ਅੱਜ ਵੀ ਪਾਰਲੀਮੈਂਟ ਦੇ ਵਿੱਚ ਜਾਂ ਕੱਲ ਵੀ ਤੁਸੀਂ ਪਾਰਲੀਮੈਂਟ ਦੇ ਵਿੱਚ ਦੇਖਿਆ ਹੋਊਗਾ ਕਿ ਉਹਨਾਂ ਨੇ ਕਾਂਗਰਸ ਨੂੰ ਟੁਕੜੇ ਟੁਕੜੇ ਗੈਂਗ ਤੱਕ ਕਹ ਦਿੱਤਾ ਜਿਹੜੀ ਹਮਲਾਵਰ ਰਾਜਨੀਤੀਆ ਹਮਲਾਵਰ ਹੋ ਕੇ ਹਮਲਾ ਕਰਨਾ ਰਾਜਨੀਤਿਕ ਤੌਰ ਦੇ ਉੱਤੇ ਸ਼ਾਇਦ ਇਸ ਵੇਲੇ ਭਾਰਤ ਦੇ ਵਿੱਚ ਮਮਤਾ ਬੇਨਰਜੀ ਹੀ ਇਕੋ ਆਗੂ ਨੇ ਸਨੋ ਸਾਹਿਬ ਪ੍ਰੋਗਰਾਮ ਦੇ ਪਹਿਲੇ ਹਿੱਸੇ ਦਾ ਸਮਾਂ ਲਗਭਗ ਖਤਮ ਹੋ ਗਿਆ ਹੈ ਅਗਲੇ ਹਿੱਸੇ ਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਨੀਆਂ ਨੇ ਸੰਯੁਕਤ ਸਮਾਜ ਮੋਰਚਾ ਪੰਜਾਬ ਦੇ ਵਿੱਚ ਜੋ ਬੜੇ ਜ਼ੋਰ ਸ਼ੋਰ ਨਾਲ ਉੱਠਿਆ ਸੀ ਉਹ ਹੁਣ ਕਿੱਥੇ ਇੱਕ ਪਹੁੰਚਾ ਹੈ ਉਸ ਬਾਰੇ ਗੱਲਬਾਤ ਇੱਕ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਵਿੱਚ ਫਿਰ ਤੋਂ ਆਪ ਜੀ ਦਾ ਸਵਾਗਤ ਕਰਦੇ ਹਾਂ ਪੰਨੂ ਸਾਹਿਬ ਜੁਪੀ ਦੀ ਗੱਲਬਾਤ ਅਸੀਂ ਵਾਵਾ ਕੀਤੀ ਹੈ ਪੰਜਾਬ ਦੇ ਵਿੱਚ ਵੀ ਵਿਰੋਧੀ ਧਿਰਾਂ ਮਜ਼ਬੂਤ ਹੋਈਆਂ ਪਰ ਕੁਝ ਇੱਕ ਵੱਖਰਾ ਜਿਹਾ ਰੰਗ ਨਿਕਲ ਕੇ ਜੋ ਸਾਹਮਣੇ ਆਉਣਾ ਸੀ ਮੋਰਚਾ ਫਤਿਹ ਹੋਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਤੋਂ ਐਸਕੇਐਮ ਤੋਂ ਐਸਐਸਐਮ ਬਣ ਗਿਆ ਸੰਯੁਕਤ ਸਮਾਜ ਮੋਰਚਾ ਬਣ ਗਿਆ ਫਿਰ ਆਪਸੀ ਪਟੋ ਧੜ ਸਾਹਮਣੇ ਆਏ ਬੱਤੀਆਂ ਦੇ ਬਾਈ ਹੋ ਗਏ ਤੇ ਬਾਈਆਂ ਦੇ ਵੀ ਪੂਰੇ ਨਾ ਰਹੇ ਇਸ ਵੱਲੇ ਕੋਈ ਹਾਲਾਤ ਬਹੁਤੇ ਸਾਜ਼ਗਾਰਤ ਨਹੀਂ ਜਾਪਦੇ ਪਰ ਇੱਕ ਏਜੰਡਾ ਇੱਕ ਕੁਛ ਨੁਕਾਤੀ ਪ੍ਰੋਗਰਾਮ ਮੈਨੀਫੈਸਟੋ ਆਖ ਲੋ ਚੋਣ ਮਨੋਰਥ ਪੱਤਰ ਇਹ ਸਾਰਾ ਕੁਝ ਉਹਨਾਂ ਨੇ ਕੁਝ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਆ ਇਹ ਸਭ ਦੇ ਫੋਰਫਰੰਟ ਤੇ ਸਭ ਦੇ ਕੇਂਦਰ ਦੇ ਵਿੱਚ ਧਿਆਨ ਜਿਹੜਾ ਜਾਂਦਾ ਹੈ ਉਸ ਦਾ ਬਲਵੀਰ ਸਿੰਘ ਰਾਜੇਵਾਲ ਤੇ ਜਾਂਦਾ ਹੋਰ ਵੀ ਉਹਨਾਂ ਦੇ ਨਾਲ ਨੇ ਕੀ ਆਖਿਆ ਸੰਯੁਕਤ ਸਮਾਜ ਮੋਰਚੇ ਦੇ ਆਗੂਆਂ ਨੇ ਫੇਰ ਮੈਂ ਉੱਤਰ ਪ੍ਰਦੇਸ਼ ਤੋਂ ਸ਼ੁਰੂ ਕਰੂੰਗਾ ਇਸ ਵੇਲੇ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜਾ ਵਿਅਕਤੀ ਸਭ ਤੋਂ ਵੱਡਾ ਥ्रेट ਬਣਿਆ ਹੋਇਆ ਉਹ ਜਿਹੜਾ ਜੀ ਟਕੈਤ ਉਹਨੇ ਐਡਾ ਵੱਡਾ ਇੱਕ ਪ੍ਰੈਸ਼ਰ ਗਰੁੱਪ ਸਿਰਜ ਲਿਆ ਹੋਇਆ ਕੋਈ ਛੋਟੀ ਜੀ ਗੱਲ ਜਿਹੜੀ ਉਹ ਕਹਿੰਦਾ ਕਿ ਕਿਸਾਨਾਂ ਨੂੰ ਪਤਾ ਕਿ ਨੂੰ ਵੋਟ ਪਾਉਣੀ ਆ ਬਸ ਇੰਨੀ ਗੱਲ ਉਹ ਕਹਿ ਕੇ ਉਥੇ ਛੱਡ ਦਿੰਦਾ ਰਕੇਸ਼ ਟਕੈਤ ਹੋਣਾ ਇਹ ਖੁਦ ਸਿਆਸਤ ਦੇ ਵਿੱਚ ਨਹੀਂ ਗਏ ਪਰ ਉਹ ਇਸ ਵੇਲੇ ਸਿਆਸੀ ਪਾਰਟੀਆਂ ਦੇ ਵਾਸਤੇ ਸਿਆਸਤ ਦਾ ਧੁਰਾ ਜ਼ਰੂਰ ਬਣੇ ਹੋਏ ਸਾਰੀਆਂ ਸਿਆਸੀ ਤਰ੍ਹਾਂ ਤਾਕਤ ਵੱਲ ਵੇਖਦੀਆਂ ਨੇ ਕਿ ਉਹ ਕੀ ਬੋਲਦਾ ਉਹ ਕੀ ਕਹਿੰਦਾ ਉਹਦੀ ਕਹੀ ਹੋਈ ਗੱਲ ਦਾ ਅਸਰ ਹੁੰਦਾ ਆਈ ਥਿੰਕ ਜਦੋਂ ਇਹ ਕਿਸਾਨ ਮੋਰਚਾ ਚੱਲਦਾ ਸੀਗਾ ਜਿੱਤਣ ਤੱਕ ਜਿਹੜੇ ਕੁਝ ਆਗੂ ਬਹੁਤ ਵੱਡੇ ਰੂਪ ਦੇ ਵਿੱਚ ਉਭਰੇ ਜਿਨ੍ਹਾਂ ਨੂੰ ਵਿਰੋਧੀ ਧਿਰ ਵਜੋਂ ਲਿਆ ਜਾਣ ਲੱਗਿਆ ਉਹਦੇ ਵਿੱਚ ਰਕੇਸ਼ ਤਕੈਤ ਹੋਰੀ ਬਲਬੀਰ ਸਿੰਘ ਰਾਜੇਵਾਲ ਅ ਦੁਗਿੰਦਰ ਸਿੰਘ ਉਗਰਾਹਾ ਇਹ ਪ੍ਰਮੁੱਖ ਰੂਪ ਦੇ ਵਿੱਚ ਸ਼ਾਮਲ ਕੀ ਜਾ ਸਕਦੇ ਆ ਪਤਾ ਨਹੀਂ ਕਿੱਥੋਂ ਇੱਕਦਮ ਇਹਨਾਂ ਨੇ ਐਡੀ ਤੇਜ਼ੀ ਦੇ ਨਾਲ ਆ ਕੇ ਇਹ ਫੈਸਲਾ ਕਰ ਲਿਆ ਕਿ ਅਸੀਂ ਚੇਤੇ ਦੀ ਚੋਣਾ ਲੜਨੀਆਂ ਨੇ ਔਰ ਉਹਦੇ ਵਿੱਚੋਂ ਤੁਹਾਡੀ ਗੱਲ ਠੀਕ ਹੈ ਸੰਯੁਕਤ ਸਮਾਜ ਮੋਰਚਾ ਨਿਕਲ ਆਇਆ ਜਥੇਬੰਦੀਆਂ ਪਾਟੋ ਧਾੜ ਹੋ ਗਈਆਂ ਅ ਅਧੀਆਂ ਇੱਕ ਉਧਰ ਰਹਿ ਗਈਆਂ ਅਧੀਆਂ ਇੱਕ ਉਧਰ ਰਹਿ ਗਈਆਂ ਔਰ ਉਹ ਪ੍ਰੈਸ਼ਰ ਨਹੀਂ ਰਿਹਾ ਜਿਹੜਾ ਪ੍ਰੈਸ਼ਰ ਕਿਸੇ ਵੇਲੇ ਮੰਨਿਆ ਜਾਂਦਾ ਸੀਗਾ ਸੰਯੁਕਤ ਕਿਸਾਨ ਮੋਰਚੇ ਦਾ ਮੈਨਾਂ ਜੇ ਇੱਕ ਸੁਝਾਅ ਉਹ ਦਿੱਤਾ ਸੀਗਾ ਕਿ ਜੇ ਸੰਯੁਕਤ ਕਿਸਾਨ ਮੋਰਚਾ ਇੱਕ ਪ੍ਰੈਸ਼ਰ ਗਰੁੱਪ ਮੁਲਕ ਪੱਧਰ ਦੇ ਉੱਤੇ ਬਣਾਵੇ ਉਹ ਸੂਬਿਆਂ ਦੀ ਰਾਜਨੀਤੀ ਚ ਨਾ ਆਵੇ ਜੀ ਉਹ 50 ਸੀਟਾਂ ਆਈਡੈਂਟੀਫਾਈ ਕਰ ਲੇ ਪੂਰੇ ਮੁਲਕ ਦੇ ਵਿੱਚੋਂ ਜਿੱਥੇ ਜ਼ਿਆਦਾ ਕਿਸਾਨਾਂ ਦਾ ਜੋਰ ਆ 50 ਸੀਟਾਂ ਲੱਭਣੀਆਂ ਕੋਈ ਏਡਾ ਜ਼ਿਆਦਾ ਨਹੀਂ ਹੈਗੀਆਂ ਉਹਨਾਂ 50 ਸੀਟਾਂ ਦੇ ਉੱਤੇ ਕੋਸ਼ਿਸ਼ ਉਹ ਕਰੇ ਕਿ ਜਿਹੜੀਆਂ ਸਿਆਸੀ ਧਿਰਾਂ ਨੇ ਜੇ ਵੱਡੀਆਂ ਨਹੀਂ ਮੰਨਦੀਆਂ ਤੇ ਛੋਟੀ ਸਿਆਸੀ ਧਿਰਾਂ ਨੂੰ ਮਨਾ ਕੇ ਉਹਨਾਂ ਤੋਂ ਉਹਨਾਂ ਦੇ ਉਮੀਦਵਾਰ ਜਿਹੜੇ ਉਹ ਬਿਠਾਵੇ ਆਪਣੇ ਹੱਕ ਦੇ ਵਿੱਚ ਜੇ 30 32 35 ਸੀਟਾਂ ਸੰਯੁਕਤ ਕਿਸਾਨ ਮੋਰਚਾ ਲੋਕ ਸਭਾ ਨਹੀਂ ਜਿੱਤ ਜਾਂਦਾ ਤਾਂ ਐਡਾ ਵੱਡਾ ਇੱਕ ਪ੍ਰੈਸ਼ਰ ਗਰੁੱਪ ਕ੍ਰੀਏਟ ਕਰ ਸਕਦਾ ਹੈ ਕਿ ਉਹਦੇ ਤੋਂ ਬਿਨਾ ਕੋਈ ਫੈਸਲੇ ਨਾ ਲਏ ਜਾਣ ਕੇਂਦਰ ਦੇ ਵਿੱਚ ਜੇ ਉਹਨੇ ਕੁਝ ਬਦਲਣਾ ਚਾਹੁੰਦਾ ਔਰ ਉਹਨੂੰ ਅੱਗੇ ਫਿਰ ਰਾਜ ਸੱਤਾ ਵਾਲੇ ਪਾਸੇ ਨੂੰ ਲਜਾਇਆ ਜਾ ਸਕਦਾ ਹੈ ਬਲਬੀਰ ਸਿੰਘ ਰਾਜੇਵਾਲ ਹੋਰਾਂ ਦੇ ਗਰੁੱਪ ਨੇ ਇੱਕ ਕਾਲੀ ਕੀਤੀ ਆ ਇਹ ਅੱਜ ਮੰਨ ਜਾਣ ਭੜਕੇ ਮੰਨ ਜਾਣ ਮੰਨਣਗੇ ਨਹੀਂ ਵੈਸੇ ਔਰ ਉਹਨਾਂ ਨੇ ਤੇਜ਼ੀ ਦੇ ਨਾਲ ਆ ਕੇ ਇੱਥੇ ਉਮੀਦਵਾਰ ਖੜੇ ਕਰਨੇ ਸ਼ੁਰੂ ਕਰਤੇ ਰਜਿਸਟ੍ਰੇਸ਼ਨ ਹੋਈ ਨਾ ਰਜਿਸਟ੍ਰੇਸ਼ਨ ਲਾਸਟ ਦਿਨਾਂ ਦੇ ਵਿੱਚ ਹੋਈ ਫਿਰ ਅਖੀਰਲੇ ਦਿਨ ਜਾ ਕੇ ਚੋਣ ਨਿਸ਼ਾਨ ਮੰਝਾ ਮਿਲ ਗਿਆ ਜਦੋਂ ਮੀਡੀਆ ਦੇ ਵਿੱਚ ਆ ਗਿਆ ਕਿ ਸੰਯੁਕਤ ਸਮਾਜ ਮੋਰਚੇ ਨੂੰ ਮੰਝਾ ਮਿਲ ਗਿਆ ਤੇ ਸੰਯੁਕਤ ਸਮਾਜ ਮੋਰਚੇ ਦਾ ਬਿਆਨ ਆ ਗਿਆ ਮੀਡੀਆ ਗਲਤ ਪ੍ਰਚਾਰ ਕਰ ਰਿਹਾ ਸਾਡੇ ਸਾਰੇ ਉਮੀਦਵਾਰਾਂ ਨੂੰ ਮੰਝਾ ਨਹੀਂ ਮਿਲਿਆ ਭਾਵੇਂ ਮੰਝਾ ਚੋਣ ਨਿਸ਼ਾਨ ਨਹੀਂ ਮਿਲਿਆ ਕੁਝ ਉਹ ਵੀ ਨੇ ਜਿਨ੍ਹਾਂ ਨੂੰ ਦੂਜੇ ਚੋਣ ਨਿਸ਼ਾਨ ਮਿਲੇ ਨੇ ਤੇ ਕੁਝ ਆਜ਼ਾਦ ਉਹ ਵੀ ਨੇ ਜਿਨ੍ਹਾਂ ਨੂੰ ਉਹ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਨਹੀਂ ਹੈਗੇ ਪਰ ਮੰਝਾ ਚੋਣ ਨਿਸ਼ਾਨ ਲੱਗੇ ਇਸ ਕਰਕੇ ਇਹ ਇਕੱਠੇ ਤੌਰ ਦੇ ਉੱਤੇ ਇੱਕ ਤੌਰ ਤੇ ਨਹੀਂ ਪ੍ਰਚਾਰ ਸਕਦੇ ਕਿ ਸੰਯੁਕਤ ਸਮਾਜ ਮੋਰਚੇ ਦਾ ਕੈਂਡੀਡੇਟ ਤਾਂ ਮੰਝੇ ਨੂੰ ਵੋਟਾਂ ਪਾਓ ਜੇ ਮੰਨਦੇ ਨੂੰ ਵੋਟਾਂ ਪਾਉਣ ਲਈ ਕਹਿੰਦੇ ਆ ਤਾਂ ਉਹ ਆਜ਼ਾਦ ਉਮੀਦਵਾਰਾਂ ਨੂੰ ਵੋਟਾਂ ਵੀ ਪੈ ਜਾਣੀਆਂ ਨੇ ਜੇ ਇੱਕ ਚੋਣ ਸਿੰਬਲ ਪ੍ਰਚਾਰ ਦੇ ਨਹੀਂ ਤੇ ਉਹਦਾ ਹੋਣਾ ਜਿਹੜਾ ਉਹ ਕੱਖ ਨੀਗਾ ਕੋਈ ਕਿਸੇ ਨੇ ਭਰੇ ਨਾ ਪੇਪਰ ਤੇ ਕਿਸੇ ਨੇ ਮੁੜ ਕੇ ਵਾਪਸ ਲੈ ਲੇ ਟਿਕਟਾਂ ਦੇ ਦਿੱਤੀਆਂ ਰੋਲਾ ਪੈ ਗਿਆ ਪੈਸੇ ਦੇ ਕੇ ਦੇ ਦਿੱਤੀਆਂ ਮੁੜ ਕੇ ਉਹ ਵਾਪਸ ਲੈ ਲੀਆਂ ਇਹਨਾਂ ਕੁ ਜਿਹੜਾ ਉਹ ਹੋਇਆ ਮੈਨੂੰ ਇਹ ਲੱਗਦਾ ਕਿ ਇਹ ਕਾਲੀ ਦੇ ਵਿੱਚ ਲਿਆ ਗਿਆ ਕੋਈ ਤੰਦਰੁਸਤ ਫੈਸਲਾ ਨਹੀਂ ਸੀਗਾ ਸੰਯੁਕਤ ਸਮਾਜ ਮੋਰਚੇ ਦਾ 32 ਕਿਸਾਨ ਜਥੇਬੰਦੀਆਂ ਇੱਕ ਜੁਟਤਾ ਸ਼ੋਅ ਕਰਦੀਆਂ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਵਿਸ਼ਵਾਸ ਘਾਤ ਦਿਵਸ ਮਨਾਇਆ ਉਹਦੇ ਵਿੱਚ ਬਲਬੀਰ ਸਿੰਘ ਰਾਜੇਵਾਲ ਅਤੇ ਗਰੁੱਪ ਕਿਤੇ ਹੈ ਹੀ ਨਹੀਂ ਸੀ ਕਿਉਂਕਿ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਜੇ ਇਹ 32 ਕਿਸਾਨ ਜਥੇਬੰਦੀਆਂ ਖੜੀਆਂ ਹੁੰਦੀਆਂ ਅਜੇ ਤੱਕ ਦੇਖੋ ਐਮਐਸਪੀ ਵਾਲੇ ਮਾਮਲੇ ਦੇ ਉੱਤੇ ਕਮੇਟੀ ਤੱਕ ਨਹੀਂ ਬਣਾਈ ਕੇਂਦਰ ਦੀ ਸਰਕਾਰ ਨੇ ਜਿਹੜੀ ਕਿ ਬਣਨੀ ਚਾਹੀਦੀ ਲਕੀਮਪੁਰ ਕਿੜੀ ਵਾਲੇ ਘਟਨਾ ਦੇ ਵਿੱਚ ਜਿਹੜਾ ਮੰਤਰੀ ਆ ਉਸੇ ਤਰੀਕੇ ਨਾਲ ਵਿਚਰ ਰਿਹਾ ਕੇਂਦਰ ਦੀ ਸਰਕਾਰ ਦੇ ਉੱਤੇ ਕੋਈ ਅਸਰ ਨਹੀਂਗਾ ਜਿਹੜਾ ਬਜਟ ਪਿਛਲੇ ਦਿਨਾਂ ਦੇ ਵਿੱਚ ਆਇਆ ਜੇ ਬਜਟ ਨੂੰ ਤੁਸੀਂ ਸਟੱਡੀ ਕਰੋ ਤਾਂ ਉਹਦੇ ਵਿੱਚ ਕੇਂਦਰ ਦੀ ਸਰਕਾਰ ਇਸ ਤਰੀਕੇ ਨਾਲ ਪੇਸ਼ ਆ ਰਹੀ ਆ ਵੀ ਮੇਰੀ ਸਿਹਤ ਤੇ ਕੀ ਅਸਰ ਹੈ ਕੋਈ ਅਸਰ ਨਹੀਂ ਅੱਜ ਸੰਯੁਕਤ ਸਮਾਜ ਮੋਰਚੇ ਨੇ ਇੱਕ ਆਪਣਾ ਇਕਰਾਰਨਾਮਾ ਜਾਰੀ ਕੀਤਾ 25 ਪੁਆਇੰਟ ਦਾ ਮੈਨੀਫੈਸਟੋ ਜਾਰੀ ਕੀਤਾ ਗਿਆ ਜੀ ਜੀ ਇਹਦੇ ਵਿੱਚ ਬਲਬੀਰ ਰਾਜੇਵਾਲ ਉਹਨਾਂ ਨੇ ਇਹ ਜਾਰੀ ਕੀਤਾ ਜੀ ਇਹ ਕਿਹਾ ਫਰੂਟ ਤੇ ਸਬਜ਼ੀਆਂ ਤੇ ਹਰ ਤਰ੍ਹਾਂ ਦੀ ਫਸਲ ਦੇ ਉੱਤੇ ਐਮਐਸਪੀ ਮਿਲੂਗੀ ਜੀ ਇਹਦੇ ਤੋਂ ਇਲਾਵਾ ਪੰਜਾਬ ਦੇ ਵਿੱਚ ਸਾਰੇ ਨੈਸ਼ਨਲ ਹਾਈਵੇ ਟੋਲ ਫ੍ਰੀ ਹੋਣਗੇ ਹਾਂ ਹੁਸੈਨੇ ਵਾਲਾ ਤੇ ਵਾਗਾ ਬਾਰਡਰ ਖੋਲ ਕੇ ਪਾਕਿਸਤਾਨ ਤੇ ਸੈਂਟਰਲ ਏਸ਼ੀਆ ਦੇ ਨਾਲ ਵਪਾਰ ਕੀਤਾ ਜਾਊਗਾ ਜੀ ਇਹਦੇ ਵਿੱਚ ਜਿਹੜੇ ਪੁਆਇੰਟ ਨੇ ਨਾ ਉਹ ਇਹ ਦੇਖਣ ਵਾਲੇ ਨੇ ਜਿਹੜੀ ਐਮਐਸਪੀ ਆ ਫਲਾਂ ਤੇ ਸਬਜ਼ੀਆਂ ਦੇ ਉੱਤੇ ਇਹ ਰਾਜਦ ਅਧਿਕਾਰ ਖੇਤਰ ਆ ਕੋਈ ਡਾਊਟ ਨਹੀਂ ਹਮਮ ਜੇ ਫਲਾਂ ਤੇ ਸਬਜ਼ੀਆਂ ਦੇ ਵਾਸਤੇ ਮਾਰਕੀਟਿੰਗ ਰਾਜ ਕਰਨ ਲੱਗ ਦੇ ਤੇ ਫਿਰ ਉਹ ਐਮਐਸਪੀ ਦੇ ਸਕਦਾ ਉਹ ਮਾਰਕੀਟਿੰਗ ਹੋਵੇ ਕਿਵੇਂ ਤੁਹਾਨੂੰ ਇਹਦੇ ਪਹਿਲਾਂ ਵਿਸਤਾਰ ਦੇ ਵਿੱਚ ਜਾਣਾ ਪਊਗਾ ਜੇ ਤੁਸੀਂ ਉਂਝ ਹੀ ਕਹਦੋਂਗੇ ਅਸੀਂ ਇਹਦੇ ਉੱਤੇ ਐਮਐਸਪੀ ਦੇਵਾਂਗੇ ਨਾਟ ਪੋਸੀਬਲ ਤੁਸੀਂ ਉਹ ਵੇਚਣੀ ਕਿੱਥੇ ਆ ਮੈਂ ਅੱਗੇ ਵੀ ਕਈ ਵਾਰੀ ਇਹ ਗੱਲ ਕੀਤੀ ਆ ਜਿਹੜਾ ਘਰਾਟਾਂ ਦਾ ਆਟਾ ਜਦੋਂ ਆਪਾਂ ਸੰਗਰੂਰ ਤੋਂ ਬਰਨਾਲੇ ਨੂੰ ਜਾਂਦੇ ਆ ਤੁਸੀਂ ਉਹ ਢਾਇਰਾ ਦੇ ਕੋਲੇ ਘਰਾਟਾਂ ਦਾ ਆਟਾ ਵੇਚਦੇ ਲੋਕ ਦੇਖੇ ਹੋਣਗੇ ਬੜੇ ਸਾਰੇ ਲੋਕ ਉੱਥੇ ਖੜੋ ਕੇ ਉਹ ਆਟਾ ਲੈਂਦੇ ਆ ਇਹ ਛੋਟੀ ਛੋਟੀ ਇੰਡਸਟਰੀ ਆ ਜੇ ਉਹਨਾਂ ਨੂੰ ਉਹ ਬੜਾ ਚੰਗਾ ਸਮਝਿਆ ਜਾਂਦਾ ਸਿਹਤ ਦੇ ਵਾਸਤੇ ਉਹ ਵੇਚਣ ਦੇ ਵਾਸਤੇ ਸੜਕ ਤੇ ਨਾਉਣਾ ਪੈਂਦਾ ਉਹਦੀ ਮਾਰਕੀਟਿੰਗ ਕੋਈ ਨਹੀਂ ਹੈਗੀ ਹਾਂ ਹਾਂ ਇਸੇ ਤਰੀਕੇ ਦੇ ਨਾਲ ਸਾਡਾ ਨਰਮਾ ਰੁੜਦਾ ਬਿਲਕੁਲ ਜਿਹੜੀ ਮੈਡੀਕਲ ਤੌਰ ਦੇ ਉੱਤੇ ਰੂਹ ਜਿਹੜੀ ਕਾਟਨ ਆ ਆਪਾਂ ਰੋਲ ਦੇ ਰੂਪ ਦੇ ਵਿੱਚ ਦੇਖਦੇ ਆ ਉਹ ਕਿਸੇ ਟਾਈਮ ਮੈਂ ਇਹਦੀ ਸਟੱਡੀ ਕੀਤੀ ਸੀਗੀ ਕਿ ਇਹ ਟੋਟਲ ਮੁਲਕ ਦੇ ਵਿੱਚ ਕਿੰਨੀ ਲੱਗਦੀ ਹੋਊਗੀ ਸਿਰਫ ਮੈਡੀਕਲ ਵਾਲੀ ਜਿਹੜੀ ਉਹ ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਪ੍ਰਾਈਵੇਟ ਡਾਕਟਰਾਂ ਦੀਆਂ ਦੁਕਾਨਾਂ ਦੇ ਉੱਤੇ ਸਰਕਾਰੀ ਹਸਪੀਟਲਾਂ ਦੇ ਵਿੱਚ ਇੰਨੀ ਜ਼ਿਆਦਾ ਕਿ ਜੇ ਸਿਰਫ ਪੰਜਾਬ ਦੇ ਨਰਮੇ ਨੂੰ ਲੈ ਕੇ ਇੱਥੇ ਛੋਟੀ ਇੰਡਸਟਰੀਓ ਨੂੰ ਰੋਲ ਕਰਨ ਵਾਲੀ ਜਿਹੜੀ ਪਿੰਜ ਕੇ ਰੋਲ ਕਰਨ ਵਾਲੀ ਕਿਤੇ ਲੱਗਦੇ ਇਸ ਤਰ੍ਹਾਂ ਦੀ ਇੰਡਸਟਰੀ ਇਹ ਇੰਡਸਟਰੀ ਕੋ 500 ਕਰੋੜ 1000 ਕਰੋੜ ਵਾਲੀ ਨਹੀਂ ਹੈਗੀ ਜੀ ਇਹ ਛੋਟੀ ਇੰਡਸਟਰੀ ਹੈ ਸਾਰੀ ਦੀ ਸਾਰੀ ਜੀ ਇਹ ਕਿਸਾਨਾਂ ਨੂੰ ਕਿਸਾਨਾਂ ਦੇ ਬੱਚਿਆਂ ਨੂੰ ਜਿਹੜੇ ਪੜ੍ਹ ਲਿਖ ਗਏ ਉਹਨਾਂ ਨੂੰ ਇਸ ਇੰਡਸਟਰੀ ਚ ਲਿਆਂਦਾ ਜਾ ਸਕਦਾ ਘਰਾਟਾਂ ਦੇ ਆਟੇ ਨੂੰ ਪੂਰੇ ਮੁਲਕ ਭਰ ਦੇ ਵਿੱਚ ਪ੍ਰਚਾਰ ਕੇ ਪਰ ਇਹ ਸਰਕਾਰੀ ਤੌਰ ਦੇ ਉੱਤੇ ਹੋਵੇ ਤੇ ਤਾਂ ਹੋਣਾ ਇੰਡੀਵਿਜੂਅਲੀ ਕੋਈ ਕਰ ਸਕਦਾ ਇਹ ਨਹੀਂ ਦੱਸਿਆ ਗਿਆ ਕਿ ਅਸੀਂ ਇਹ ਕਿਵੇਂ ਚੱਲਾਂਗੇ ਅਸੀਂ ਕਿਵੇਂ ਇਹਦੀ ਮਾਰਕੀਟਿੰਗ ਕਰਾਂਗੇ ਕਹਿੰਦੇ ਐਮਐਸਪੀ ਦੇਵਾਂਗੇ ਪੋਸੀਬਲ ਨਹੀਂ ਹੋ ਸਕਦਾ ਜਿਹੜੇ ਨੈਸ਼ਨਲ ਹਾਈਵੇ ਨੇ ਨੈਸ਼ਨਲ ਹਾਈਵੇ ਟੋਲ ਫਰੀ ਨਹੀਂ ਕੀਤੇ ਜਾ ਸਕਦੇ ਕਿਉਂਕਿ ਉਹ ਰਾਜ ਦੇ ਅੰਡਰ ਨਹੀਂ ਆਉਂਦੇ ਸਟੇਟ ਹਾਈਵੇ ਸਰਕਾਰ ਦੇ ਅੰਡਰ ਆਉਂਦੇ ਆ ਹੁਸੈਨੀ ਵਾਲਾ ਵਾਗ ਵਾਗਾ ਬਾਰਡਰ ਖੋਲ ਕੇ ਪਾਕਿਸਤਾਨ ਤੇ ਸੈਂਟਰਲ ਏਸ਼ੀਆ ਨਾਲ ਵਪਾਰ ਕਰਾਂਗੇ ਇਹ ਕੇਂਦਰ ਦਾ ਮੈਟਰ ਹੈ ਰਾਜ ਸਰਕਾਰ ਦੇ ਹੱਥ ਤੇ ਵਿੱਚ ਕੁਝ ਨਹੀਂ ਹੈਗਾ ਪਤਾ ਨਹੀਂ ਇਹ ਕਿਵੇਂ ਇਹਨਾਂ ਨੇ ਇਸ ਇਕਰਾਰਨਾਮੇ ਦੇ ਵਿੱਚ ਪਾ ਦਿੱਤਾ ਹਾਂ ਇਹ ਕਹਿ ਸਕਦੇ ਸੀਗੇ ਇਹ ਕਿ ਅਸੀਂ ਜੇ ਸਰਕਾਰ ਬਣਾਉਣੇ ਤੇ ਅਸੀਂ ਸੈਂਟਰ ਦੀ ਸਰਕਾਰ ਦੇ ਨਾਲ ਗੱਲ ਕਰਾਂਗੇ ਇਹ ਹੈਗਾ ਬਹੁਤ ਵੱਡਾ ਪੁਆਇੰਟ ਹੈ ਜਿਸ ਦਿਨ ਇਹ ਵਾਗੇ ਤੋਂ ਖੁੱਲ ਗਿਆ ਵਪਾਰ ਇਹ ਆ ਜੀ ਕਿ ਇਸ ਵੇਲੇ ਜਿਹੜਾ ਚਾਈਨਾ ਦੂਹੋਂ ਦੂਹ ਲੱਗਿਆ ਹੋਇਆ ਨਾ ਜੀ ਸੜਕ ਬਣਾਉਣ ਦੇ ਵਾਸਤੇ ਇਹ ਸੈਂਟਰਲ ਏਰੀਆ ਦੇ ਉੱਤੇ ਵਪਾਰ ਦੇ ਉੱਤੇ ਕਬਜ਼ਾ ਕਰਨ ਦੇ ਵਾਸਤੇ ਸਾਰਾ ਕੁਝ ਹੋ ਰਿਹਾ ਭਾਰਤ ਵਾਲੇ ਪਾਸੇ ਤੋਂ ਅਜਿਹੀਆਂ ਕੋਸ਼ਿਸ਼ਾਂ ਨਹੀਂ ਹੋ ਰਹੀਆਂ ਜੇ ਚਾਈਨਾ ਨੂੰ ਠੱਲਣਾ ਫੌਜ ਦੇ ਰਾਹੀਂ ਠੱਲਣ ਦੀ ਲੋੜ ਨਹੀਂ ਸੈਂਟਰਲ ਏਸ਼ੀਆ ਵਾਲੇ ਸਾਈਡ ਦੇ ਉੱਤੇ ਤੁਸੀਂ ਵਪਾਰ ਦੇ ਰਾਹੀਂ ਠੱਲ ਸਕਦੇ ਹੋ ਭਾਰਤ ਨੂੰ ਤਾਂ ਕੰਮ ਹੀ ਬਹੁਤ ਥੋੜਾ ਕਰਨ ਦੀ ਲੋੜ ਹੈ ਪਾਕਿਸਤਾਨ ਦੇ ਨਾਲ ਸਬੰਧ ਸੁਧਾਰੇ 23 24 ਕਿਲੋਮੀਟਰ ਦਾ ਟੋਟਾ ਉਹਦੇ ਥਰੂ ਲੰਘ ਕੇ ਅਫਗਾਨਿਸਤਾਨ ਤੋਂ ਹੁੰਦਾ ਹੋਇਆ ਜਿਹੜਾ ਯੂਏਈ ਤੱਕ ਸੜਕੀ ਰਸਤੇ ਪਹੁੰਚਿਆ ਜਾ ਸਕਦਾ ਹੈ। ਔਰ ਇੱਦਾਂ ਵੱਡਾ ਵਪਾਰ ਦਾ ਕੇਂਦਰ ਪਿਆ ਘੱਟੋ-ਘੱਟ ਬਾਕੀ ਗੱਲਾਂ ਤੇ ਤੁਸੀਂ ਛੱਡੋ ਚੜਦਾ ਤੇ ਲੈਂਦਾ ਪੰਜਾਬ ਜਿਹੜਾ ਜੀ ਉਹਦੇ ਲਹਿਰੇ ਬਹਿ ਰਹੇ ਹੋ ਸਕਦੇ ਆ ਪਰ ਇਹ ਕੀਤੇ ਨਹੀਂ ਜਾ ਰਹੇ। ਜਿਹੜਾ ਇਹਨਾਂ ਨੇ ਇਕਰਾਰਨਾਮੇ ਦੇ ਵਿੱਚ ਕੀਤਾ ਇਹਨੂੰ ਪੰਜਾਬ ਨਹੀਂ ਕਰ ਸਕਦਾ ਜੀ। ਪੰਜਾਬ ਨਹੀਂ ਕਰ ਸਕਦਾ ਸੈਂਟਰ ਦੀ ਸਰਕਾਰ ਦੇ ਇਹ ਹੱਥ ਦੇ ਵਿੱਚ ਆ। ਇਹਦਾ ਕਰਤਾਰਪੁਰ ਕੋਰੀਡੋਰ ਦਾ ਕੀ ਹਸ਼ਰ ਹੋਇਆ ਹੋਇਆ ਕਿਹੋ ਜਿਹੇ ਹਾਲਾਤਾਂ ਦੇ ਵਿੱਚੋਂ ਬਣਿਆ ਆਪਾਂ ਸਭ ਨੂੰ ਪਤਾ ਇਹ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਕਾਰਪੋਰੇਟ ਦੀ ਵੱਡੀ ਇੰਡਸਟਰੀ ਨੂੰ ਅਸੀਂ ਬੜਾਵਾ ਨਹੀਂ ਦੇਵਾਂਗੇ ਹਾਂ ਇਹ ਇਸ ਗੱਲ ਦੇ ਨਾਲ ਮੈਂ ਇਸ ਪੱਖੋਂ ਸਹਿਮਤ ਹਾਂ ਕਿ ਪੰਜਾਬ ਦੀਆਂ ਜ਼ਮੀਨਾਂ ਬਹੁਤ ਮਹਿੰਗੀਆਂ ਨੇ ਉਹਨੂੰ ਨਹੀਂ ਕਿਸੇ ਨੂੰ ਦੇਣਾ ਚਾਹੀਦਾ ਜਿਹੜੀਆਂ ਸੇਜ਼ ਬਣੀਆਂ ਸਿਗੀਆਂ ਸਪੈਸ਼ਲ ਇਕਨੋਮਿਕ ਜ਼ੋਨ ਦੇ ਤਹਿਤ ਜਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਮੱਤੇਵਾੜਾ ਜੰਗਲ ਵੀ ਖਾ ਚੱਲੇ ਸੀਗੇ ਉਹ ਅਸੀਂ ਜਾ ਕੇ ਉੱਥੇ ਖੜੇ ਜਿਹੜਾ ਹੋਏ ਇਹ ਚੁੱਕ ਚੁੱਕ ਕੇ ਦੇਈ ਜਾਂਦੇ ਕਾਰਪੋਰੇਟਾਂ ਨੂੰ ਕਾਰਪੋਰੇਟਾਂ ਨੇ ਕਿਹੜੀ ਇੰਡਸਟਰੀ ਇੱਥੇ ਲਾਈ ਆ ਜੀ ਉਹ ਕੁਝ ਸਾਲਾਂ ਤੋਂ ਬਾਅਦ ਉਹਨੂੰ 플ੌਟ ਕੱਟ ਕੇ ਵੇਚਣਾ ਸ਼ੁਰੂ ਕਰ ਦਿੰਦੇ ਆ ਜੀ ਜੀ ਪੰਜਾਬ ਦੇ ਵਿੱਚ ਜੇ ਚੱਲੂਗੀ ਤੇ ਛੋਟੀ ਇੰਡਸਟਰੀ ਚੱਲੂਗੀ ਉਹ ਵੀ ਜਿਹੜੀ ਖੇਤੀ ਦੇ ਨਾਲ ਸਬੰਧਤ ਹੈ 8-8 10-10 ਕਰੋੜ ਰੁਪਏ ਦੇ ਛੋਟੇ-ਛੋਟੇ ਯੂਨਿਟ ਇੱਥੇ ਚੱਲ ਸਕਦੇ ਆ ਜਿਹੜੀ ਇੰਡਸਟਰੀ ਲੱਗੀ ਹੋਈ ਆ ਲੁਧਿਆਣੇ ਦੇ ਵਿੱਚ ਜਲੰਧਰ ਦੇ ਵਿੱਚ ਉਸ ਇੰਡਸਟਰੀ ਨੂੰ ਸੰਭਾਲਣਾ ਗੋਬਿੰਦਗੜ ਵਾਲੀ ਉਹ ਜ਼ਰੂਰਤ ਆ ਇਸ ਵੇਲੇ ਉਹਦੇ ਉਹ ਵੀ ਇੱਕ ਕਿਸਮ ਦੇ ਨਾਲ ਕਾਰਪੋਰੇਟ ਨੇ ਤੁਸੀਂ ਟੋਟਲ ਇਹਨ ਇਹ ਨਹੀਂ ਕਹਿ ਸਕਦੇ ਕਿ ਅਸੀਂ ਇੱਥੋਂ ਜਿਹੜਾ ਇਹਨਾਂ ਨੂੰ ਸਾਈਡ ਲਾਈਨ ਕਰ ਦਵਾਂਗੇ ਆਈਟੀ ਸੈਕਟਰ ਨੂੰ ਉਹਨਾਂ ਨੇ ਕਿਹਾ ਕਿ ਤਰਜੀਹ ਦੇਵਾਂਗੇ ਪੰਜਾਬ ਬਾਰਡਰ ਸਟੇਟ ਹੈ ਇਸ ਕਰਕੇ ਕੇਂਦਰ ਤੋਂ ਸਪੈਸ਼ਲ ਸਟੇਟਸ ਦੀ ਮੰਗ ਕੀਤੀ ਜਾਊਗੀ ਕੇਂਦਰ ਤੋਂ ਸਪੈਸ਼ਲ ਪੈਕੇਜ ਮੰਗਿਆ ਜਾਊਗਾ ਔਰ ਯੂਏਪੀਏ ਵਰਗੇ ਕੇਸ ਖਤਮ ਕਰਾਏ ਜਾਣਗੇ ਯੂਏਪੀਏ ਜਿਹੜਾ ਹੈ ਉਹ ਉਹ ਵੀ ਸੈਂਟਰ ਦੇ ਅੰਡਰ ਜਿਹੜਾ ਉਹ ਆਉਂਦਾ ਪੈਕੇਜ ਜਿਹੜਾ ਦੇਣਾ ਹੁੰਦਾ ਤੇ ਹੁਣ ਭਾਰਤੀ ਜਨਤਾ ਪਾਰਟੀ ਤਾਂ ਆਪ ਚੋਣ ਲੜ ਰਹੀ ਹੈ ਕਿਹੜਾ ਪੈਕੇਜ ਜਿਹੜਾ ਉਹ ਅਨਾਉਂਸ ਹੋ ਗਿਆ ਕੁਝ ਵੀ ਨਹੀਂ ਹੋਇਆ ਮੈਂ ਇਹ ਨਹੀਂ ਕਹਿੰਦਾ ਕਿ ਜਿਹੜਾ ਇਹ ਸਾਰਾ ਕੁਝ ਗਲਤ ਹੈ ਪਰ ਰਿਐਲਿਟੀ ਦੇ ਵਿੱਚ ਜਿਹੜਾ ਉਹ ਕੀ ਹੈ ਜੋ ਕੁਝ ਬਾਕੀ ਕਰ ਰਿਹਾ 300 ਯੂਨਿਟ ਫ੍ਰੀ 400 ਯੂਨਿਟ ਫ੍ਰੀ ਆ ਫ੍ਰੀ ਆਫ ਫ੍ਰੀ ਇਹਦੇ ਵਿੱਚ ਠੀਕ ਹੈ ਇਹਨਾਂ ਨੇ ਫ੍ਰੀ ਵਾਲੀ ਗੱਲ ਤਾਂ ਨਹੀਂ ਜਿਹੜੀ ਉਹ ਕੀਤੀ ਪਰ ਜਿਹੜੀਆਂ ਗੱਲਾਂ ਨੇ ਇਹ ਮੰਗੇਰੀ ਲਾਲ ਦੇ ਸੁਪਨੇ ਨੇ ਉਨੀ ਦੇਰ ਤੱਕ ਤੁਸੀਂ ਰਿਐਲਿਟੀ ਦੇ ਵਿੱਚ ਬੈਠ ਕੇ ਜਿਹੜੇ ਇਸ ਮਾਮਲੇ ਦੇ ਵਿੱਚ ਐਕਸਪਰਟ ਨੇ ਜਿਵੇਂ ਮੈਂ ਤੁਹਾਨੂੰ ਛੋਟੀਆਂ-ਛੋਟੀਆਂ ਗੱਲਾਂ ਦੱਸੀਆਂ ਨੇ ਕਿ ਉਹ ਇੰਡਸਟਰੀ ਜਿਹੜੀ ਆ ਉਹ ਕਿਵੇਂ ਆ ਸਕਦੀ ਆ ਉਹਨੂੰ ਕਿਵੇਂ ਅੱਗੇ ਤੋਰਿਆ ਜਾ ਸਕਦਾ ਉਹਨਾਂ ਦੀ رائے ਲਾ ਕੇ ਤੁਸੀਂ ਨਹੀਂ ਤੁਰਦੇ ਉਨੀ ਦੇਰ ਤੱਕ ਨਹੀਂ ਇਹ ਹੋ ਸਕਦਾ ਇਹ ਵੀ ਕਿਹਾ ਗਿਆ ਕਿ ਮਾਫੀਆ ਖਤਮ ਕੀਤਾ ਜਾਊਗਾ ਪੰਜਾਬ ਦੇ ਵਿੱਚੋਂ ਸ਼ਰਾਬ ਮਾਫੀਆ ਰੇਤ ਮਾਫੀਆ ਟਰਾਂਸਪੋਰਟ ਮਾਫੀਆ ਕੋਆਪਰੇਟਿਵ ਸੁਸਾਇਟੀ ਕਾਰਪੋਰੇਸ਼ਨ ਬਣਾ ਕੇ ਸਰਕਾਰ ਸਾਰਾ ਕੰਮ ਆਪਣੇ ਹੱਥਾਂ ਦੇ ਵਿੱਚ ਲਾਊਗੀ ਬਿਜਲੀ ਜਿਹੜੀ ਉਹ ਸਸਤੀ ਕੀਤੀ ਜਾਊਗੀ 90 ਦਿਨ ਕੰਮ ਕਰੂਗੀ ਵਿਧਾਨ ਸਭਾ ਇਹ ਉਹਨਾਂ ਨੇ ਇਹ ਕਿਹਾ 75% ਵਿਧਾਇਕਾਂ ਦੀ ਹਾਜ਼ਰੀ ਕੰਪਲਸਰੀ ਇਹਦੇ ਵਿੱਚ ਕੀਤੀ ਜਾਊਗੀ ਇਹ ਬਹੁਤ ਚੰਗੇ ਜਿਹੜੀ ਆ ਇਹ ਇਹਨਾਂ ਦੀ ਇੱਕ ਚੀਜ਼ ਹੈ ਕਿ 90 ਦਿਨ ਵਿਧਾਨ ਸਭਾ ਕੰਮ ਕਰੂਗੀ ਵਿਧਾਨ ਸਭਾ ਡੇ ਬਾਈ ਡੇ ਹਰ ਸਾਲ ਸੁngੜਦੀ ਤੁਰੀ ਜਾ ਰਹੀ ਹੈ ਇਸ ਮਾਮਲੇ ਦੇ ਉੱਤੇ ਜਿੰਨੀਆਂ ਪੋਲੀਟੀਕਲ ਪਾਰਟੀਆਂ ਦੇ ਆਗੂ ਨੇ ਉਹਨਾਂ ਦੀ ਰਾਏ ਜ਼ਰੂਰ ਸਾਹਮਣੇ ਆਉਣੀ ਚਾਹੀਦੀ ਹੈ ਕਿ ਉਹ ਵਿਧਾਨ ਸਭਾ ਦੇ ਸੈਸ਼ਨ ਨੂੰ ਹੋਰ ਲੰਬਿਆਂ ਕਰਨ ਦੇ ਵਾਸਤੇ ਕੀ ਯਤਨ ਕਰਨਗੇ ਠੀਕ ਹੈ ਜੀ ਪੰਨੂ ਸਾਹਿਬ ਪ੍ਰੋਗਰਾਮ ਦੇ ਇਸ ਹਿੱਸੇ ਦਾ ਸਮਾਂ ਖਤਮ ਹੋ ਗਿਆ ਅਗਲੇ ਹਿੱਸੇ ਵਿੱਚ ਗੱਲਬਾਤ ਅਸੀਂ ਦੋ ਕੁ ਵਿਸ਼ਾ ਤੇ ਕਰਾਂਗੇ ਉਹਨਾਂ ਦੇ ਬਾਰੇ ਗੱਲਬਾਤ ਬ੍ਰੇਕ ਤੇ ਵਾਪਸ ਆ ਕੇ ਗਰੀਬ ਕੌਣ ਹੈ ਗਰੀਬ ਦੀ ਪਰਿਭਾਸ਼ਾ ਕੀ ਹੈ ਇਸ ਮੁਲਕ ਵਿੱਚ ਕਦੇ ਤੇ ਗੱਲ ਬੀਪੀਐਲ ਦੀ ਚਲਦੀ ਹੈ ਬਿਲੋ ਪਾਵਰਟੀ ਲਾਈਨ ਦੀ ਉਹਨਾਂ ਦੀ ਗਿਣਤੀ ਆ ਜਾਂਦੀ ਹੈ ਤੇ ਫਿਰ ਕਈ ਦਾਵਾ ਕਰਦੇ ਨੇ ਕਿ ਅਸੀਂ ਵੀ ਗਰੀਬ ਹਾਂ ਮੈਂ ਇੱਕ ਚੋਣ ਰੈਲੀ ਦੇ ਵਿੱਚ ਪਿਛਲੇ ਦਿਨਾਂ ਵਿੱਚ ਚੋਣ ਇਕੱਠ ਦੇ ਵਿੱਚ ਮੈਂ ਸੁਣਿਆ ਇੱਕ ਵਿਅਕਤੀ ਨੂੰ ਕਹਿੰਦੇ ਆ ਕਿ ਦੇਖੋ ਸਾਡੇ ਵੱਲੋਂ ਪੰਜਾਬ ਦੇ ਲੋਕਾਂ ਨੂੰ ਆਟਾ ਦਾਲ ਰਾਸ਼ਨ ਜਿਹੜਾ ਸੀ ਦਿੱਤਾ ਗਿਆ ਦੇਖੋ ਕਹਿੰਦੇ ਅਸੀਂ ਰੋਕਿਆ ਨਹੀਂ ਭਾਵੇਂ ਐਸੇ ਵਰਗ ਜਾਂ ਲੋ ਇਨਕਮ ਵਾਲੇ ਲੈਂਦੇ ਸੀ ਉਹਨਾਂ ਵਾਸਤੇ ਸੀ ਪਰ ਜੇ ਜਨਰਲ ਵਰਗ ਵਾਲਿਆਂ ਨੇ ਵੀ ਕਿਸੇ ਨੇ ਲੈ ਲਿਆ ਤੇ ਅਸੀਂ ਉਸ ਨੂੰ ਰੋਕਿਆ ਨਹੀਂ ਇਸ ਤਰ੍ਹਾਂ ਦੀਆਂ ਸਹੂਲਤਾਂ ਦੇਣ ਦੀ ਗੱਲ ਕੀਤੀ ਜਾਂਦੀ ਹੈ ਪਰ ਗਰੀਬ ਦੀ ਪਰਿਭਾਸ਼ਾ ਬਦਲੀ ਜਾ ਰਹੀ ਹੈ ਗਰੀਬ ਕੌਣ ਹੈ ਇਹ ਜਾਣਦੇ ਆ ਬਲਤੇਜ ਸਿੰਘ ਪੰਨੂਹਣਾ ਤੋਂ ਪੰਨੂ ਸਾਹਿਬ ਇਹ ਚਨਜੀਤ ਚੰਨੀ ਨੂੰ ਇੱਕ ਗਰੀਬ ਬਣਾ ਕੇ ਜਿਹੜਾ ਸੀ ਉਹ ਪੇਸ਼ ਕੀਤਾ ਗਿਆ ਕਿ ਦਲਿਤ ਦਾ ਬੇਟਾ ਗਰੀਬ ਦਾ ਬੇਟਾ ਜਿਹੜਾ ਹੈ ਸਾਡੇ ਮੁੱਖ ਮੰਤਰੀ ਦਾ ਚਿਹਰਾ ਹੋਵੇ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਨੇ ਇਸ ਤੇ ਕੁਝ ਵਿਸ਼ਲੇਸ਼ਣ ਜਾਂ ਕੀਤਾ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਸਮਝਾਓ ਵੀ ਗਰੀਬ ਕਿਸ ਤਰ੍ਹਾਂ ਹੋਏ ਉਹਦੇ ਬਾਰੇ ਸਾਨੂੰ ਦੱਸੋ ਦੇਖੋ ਇੱਕ ਤਾਂ ਇਹ ਲਫਜ਼ ਛੋਟੇ ਹੁੰਦੇ ਆ ਤੋਂ ਸੁਣਦੇ ਆਏ ਆ ਇਧਰਾਂ ਗਾਂਧੀ ਦਾ ਫੇਵਰੇਟ ਨਾਰਾ ਹੁੰਦਾ ਸੀਗਾ ਗਰੀਬੀ ਹਟਾਓ ਹੂੰ ਫਿਰ ਹੌਲੀ ਹੌਲੀ ਜਦੋਂ ਝੁੱਗੀਆਂ ਹਟਾਉਣ ਲੱਗੇ ਤੇ ਇੱਕ ਕਿਸਮ ਦੇ ਨਾਲ ਉਹਨੂੰ ਤਬਦੀਲ ਕਰਤਾ ਵੀ ਗਰੀਬ ਹਟਾਓ ਇਹ ਗੱਲ ਤੁਹਾਡੀ ਠੀਕ ਹੈ ਮੈਨੂੰ ਕਈ ਵਾਰੀ ਬੜਾ ਅਜੀਬ ਲੱਗਦਾ ਹੁੰਦਾ ਜਦੋਂ ਆ ਰਾਜਨੀਤਿਕਾਂ ਨੂੰ ਸੁਣਿਆ ਪ੍ਰਕਾਸ਼ ਸਿੰਘ ਬਾਦਲੂਰੀ ਕਹਿੰਦੇ ਹੁੰਦੇ ਸੀਗੇ ਕਿ ਜਦੋਂ ਅਸੀਂ ਸੱਤਾ ਦੇ ਵਿੱਚ ਆਏ ਸੀਗੇ ਦੋ 7 ਤੋਂ 17 ਤੱਕ ਜਦੋਂ ਰਹੇ ਆ ਕਹਿੰਦੇ ਜਦੋਂ ਅਸੀਂ ਆਏ ਸੀ ਉਦੋਂ ਲੱਖ ਬੰਦਾ ਮਸੀਂ ਹੁੰਦਾ ਸੀ ਆਟਾ ਦਾਲ ਸਕੀਮ ਤੇ ਅਸੀਂ ਕਦੇ 2.5 ਲੱਖ ਤੋਂ ਉੱਤੇ ਜਿਹੜਾ ਉਹ ਕਰ ਦਿੱਤਾ ਇਹ ਤਰੱਕੀ ਤਾਂ ਨਹੀਂ ਇਹ ਤਾਂ ਆਟਾ ਦਾਲ ਤੋਂ 2.5 ਲੱਖ ਤੋਂ ਲੱਖ ਕੀਤਾ ਹੋਵੇ ਤਾਂ ਉਹ ਤਰੱਕੀ ਆ ਇਹ ਕੰਮਕਾਰ ਮਿਲ ਗਿਆ ਲੋਕ ਆਪਣਾ ਆਟਾ ਦਾਲ ਆਪ ਕਮਾਉਣ ਲੱਗੇ ਸਿਆਸੀ ਪਾਰਟੀਆਂ ਨੇ ਉਹ ਕਿਸੇ ਵੀ ਤਰੀਕੇ ਨੂੰ ਇਹਨਾਂ ਚੀਜ਼ਾਂ ਨੂੰ ਗਰੀਬਾਂ ਨੂੰ ਵੀ ਆਪਣੇ ਤਰੀਕੇ ਦੇ ਨਾਲ ਪ੍ਰਚਾਰ ਲੈਂਦੀਆਂ ਨੇ ਬਿਲਕੁਲ ਰਾਹੁਲ ਗਾਂਧੀ ਜੀ ਹੋਰਾਂ ਨੇ ਉਸ ਦਿਨ ਇਹ ਕਿਹਾ ਕਿ ਅਸੀਂ ਜਿਹੜਾ ਸਰਵੇ ਕਰਾਇਆ ਉਹ ਇਹ ਕਹਿੰਦਾ ਕਿ ਗਰੀਬ ਨੂੰ ਅਸੀਂ ਮੁੱਖ ਮੰਤਰੀ ਦਾ ਚਿਹਰਾ ਬਣਾਵਾਂਗੇ ਹੁਣ ਵੱਡਾ ਸਵਾਲ ਇਹ ਆ ਗਿਆ ਕਿ ਚਰਨਜੀਤ ਸਿੰਘ ਚੰਨੀ ਗਰੀਬ ਕਿਵੇਂ ਜੀ ਜੇ ਉਹਨਾਂ ਦੀ ਤੁਸੀਂ ਦੇਖੋ ਜਿਹੜੀ ਪ੍ਰਾਪਰਟੀ ਆ ਜਿਹੜੀ ਉਹਨਾਂ ਨੇ ਭਰੀ ਆ ਉਹਨਾਂ ਦੀ ਉਹਨਾਂ ਦੀ ਪਤਨੀ ਦੀ ਜਿਹੜੀ ਉਹਨਾਂ ਨੇ ਡਿਕਲੇਅਰ ਕੀਤੀ ਆ ਉਹ ਕਿੰਨੀ ਆ ਤੇ ਉਹ ਫਿਰ ਗਰੀਬ ਕਿਵੇਂ ਆ ਉਹ ਗਰੀਬ ਨਹੀਂਗੇ ਪੈਟਰੋਲ ਪੰਪਾਂ ਦੇ ਉਹ ਮਾਲਕ ਨੇ ਹਾਂ ਕਹਿੰਦੇ ਜਰੂਰ ਰਹੇ ਆ ਕਿ ਮੈਂ ਟੈਂਟ ਦਾ ਕੰਮ ਕਰਦਾ ਰਿਹਾ ਮੈਂ ਜਿਹੜੀ ਵੇਚਦਾ ਰਿਹਾ ਪਟਾਕੇ ਅਵਿਚਦਾ ਰਿਹਾ ਮੈਂ ਸਾਊਂਡ ਵੀ ਦਾ ਕੰਮ ਵੀ ਕਰਦਾ ਰਿਹਾ ਮੈਂ ਉਹ ਵੀ ਕਰਦਾ ਰਿਹਾ ਇਹ ਤਾਂ ਬੜੀਆਂ ਸਾਰੀਆਂ ਮੀਮਸ ਵੀ ਬਣ ਗਈਆਂ ਸੀਗੀਆਂ ਨਾ ਕਿ ਮੈਂ ਸਭ ਕੁਝ ਜਿਹੜਾ ਉਹ ਕਰਦਾ ਰਿਹਾ ਹੁਣ ਇਸ ਮਾਮਲੇ ਦੇ ਉੱਤੇ ਜਿਹੜੇ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦਾ ਸੀਐਮ ਚੇਰਾ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਰਾਹੁਲ ਗਾਂਧੀ ਹੁਰੀ ਖੁਦ ਅਰਬਪਤੀ ਨੇ ਇਸ ਕਰਕੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਸਾਹਮਣੇ ਚਰਨਜੀਤ ਚੰਨੀ ਹੁਰੀ ਗਰੀਬ ਨੇ ਉੱਜ ਤਾਂ ਕਹਿੰਦੇ ਗਰੀਬ ਨਹੀਂ ਗਏ ਉਹ 170 ਕਰੋੜ ਰੁਪਏ ਦੀ ਪ੍ਰਾਪਰਟੀ ਵਾਲੇ ਚਰਨਜੀਤ ਸਿੰਘ ਚੰਨੀ ਗਰੀਬ ਕਿਵੇਂ ਹੋ ਸਕਦੇ ਆ ਉਹ ਕਹਿੰਦੇ ਕਿ ਅਸੀਂ ਭਾਈਚਾਰੇ ਦੇ ਵਿੱਚ ਤਾਂ ਗਰੀਬ ਉਹ ਹੁੰਦਾ ਜਿਹਦੇ ਘਰੇ ਚੁੱਲ੍ਹਾ ਨਹੀਂ ਬਲਦਾ ਆਟਾ ਹੈ ਤਾਂ ਪ੍ਰਾਤ ਨਹੀਂ ਹੈ ਉਸ ਗਰੀਬ ਨੇ ਕਦੀ 50000 ਗਣਕੇ ਨਹੀਂ ਵੇਖਿਆ ਔਰ ਉਹਨਾਂ ਨੇ ਇਹ ਗੱਲ ਕਹੀ ਕਿ ਇਹ ਗਰੀਬ ਨਹੀਂ ਹੈ ਚਰਨਜੀਤ ਸਿੰਘ ਚੰਨੀ ਹੁਰੀ ਕਿਸੇ ਵੀ ਹਾਲਤ ਦੇ ਵਿੱਚ ਗਰੀਬ ਨਹੀਂ ਉਹਨਾਂ ਨੇ ਕਿਹਾ ਕਿ ਜੇ ਗਰੀਬ ਹੁੰਦੇ ਤਾ ਚਰਨਜੀਤ ਸਿੰਘ ਚੰਨੀ ਹੁਰਾਂ ਦੇ ਸਾਲੀ ਦੇ ਮੁੰਡੇ ਦੇ ਘਰੋਂ 10 ਕਰੋੜ ਰੁਪਇਆ ਕੈਸ਼ ਕਿੱਥੋਂ ਮਿਲ ਜਾਂਦਾ ਹ ਹ ਜਿਹੜੀ ਹਨੀ ਦੀ ਗੱਲ ਚੱਲ ਰਹੀ ਹੈ ਮੈਂ ਉਹੀ ਗੱਲ ਕਰਨ ਲੱਗਾ ਸੀ ਕਿ ਦੇਖੋ ਇੱਕ ਪਾਸੇ ਤੇ ਉਹਨਾਂ ਨੂੰ ਗਰੀਬ ਦੱਸਿਆ ਜਾ ਰਿਹਾ ਤੇ ਦੂਜੇ ਪਾਸੇ ਅਜ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵਿੱਚ ਉਹਨਾਂ ਦੀ ਪੇਸ਼ੀ ਚੱਲ ਰਹੀ ਹੈ ਤੇ ਉਹਨਾਂ ਦੀ ਇੰਟਰੋਗੇਸ਼ਨ ਹੋ ਰਹੀ ਹੈ ਬਿਲਕੁਲ 10 ਕਰੋੜ ਰੁਪਇਆ ਮਤਲਬ ਕਿ ਇਹ ਹੁੰਦਾ ਕਿ ਇੰਨਾ ਕਿ ਤਾ ਫਾਲਤੂ ਪਿਆ ਆ ਵੀ ਵੇਖਾਂਗੇ ਕਿੱਥੇ ਜੜਾ ਲਾਉਣੇ ਜਦੋਂ ਚਰਨਜੀਤ ਸਿੰਘ ਚੰਨੀ ਹੁਰੀ ਮੁੱਖ ਮੰਤਰੀ ਬਣੇ ਤੇ ਇੱਕਦਮ ਉਹਨਾਂ ਦੇ ਸਾਰੇ ਪਰਿਵਾਰ ਦੇ ਮੈਂਬਰਾਂ ਨੇ ਜਿਹੜੀਆਂ ਉੱਚ ਜਿਹੜੀਆਂ ਕਲਾਸ ਵਾਲੀਆਂ ਗੱਡੀਆਂ ਨੇ ਉਹ ਸਭ ਨੇ ਇੱਕਦਮ ਜਿਹੜੀਆਂ ਉਹ ਲੈ ਆਂਦੀਆਂ ਇਹ ਵੈਸੇ ਠੀਕ ਹੈ ਜਿੱਡੇ ਵੱਡੇ ਮਹਿਲ ਦੇ ਵਿੱਚ ਉਹ ਰਹਿੰਦੇ ਆ ਉਹਦੇ ਵਿੱਚ ਤਾਂ ਕਈ ਗਰੀਬਾਂ ਦੀਆਂ ਉਨੀ ਜਗ੍ਹਾ ਦੇ ਵਿੱਚ ਜਿਹੜੀਆਂ ਉਹ ਝੁੱਗੀਆਂ ਆ ਜਾਂਦੀਆਂ ਨੇ ਜਿੰਨੀ ਜਗ੍ਹਾ ਦੇ ਵਿੱਚ ਉਹ ਰਹਿੰਦੇ ਆ ਹਾਂ ਖੁਦ ਨੂੰ ਉਹ ਆਮ ਬੰਦਾ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਆ ਹੈਲੀਕਾਪਟਰ ਦੇ ਵਿੱਚ ਚਾਹ ਵਾਲੀ ਥਰਮਸ ਲੈ ਜਾਂਦੇ ਆ ਹੈਲੀਕਾਪਟਰ ਦੇ ਵਿੱਚ ਰੋਟੀ ਵੀ ਲੈ ਜਾਂਦੇ ਆ ਪੰਜਾਬ ਚ ਘੁੰਮਣਾ ਪੰਜਾਬ ਦੇ ਵਿੱਚ ਇੱਕ ਜਗ੍ਹਾ ਤੋਂ ਹੈਲੀਕਾਪਟਰ ਦੂਜੀ ਜਗ੍ਹਾ ਜਾਣ ਦੇ ਵਾਸਤੇ 17-18 ਮਿੰਟ ਤੋਂ ਵੱਧ ਤਾਂ ਨਹੀਂ ਲੱਗਦੇ ਮੈਂ ਤਾਂ ਕਿਹਾ ਸੀਗਾ ਵੀ ਜਾਂ ਤਾਂ ਚੜਨ ਤੋਂ ਪਹਿਲਾਂ ਰੋਟੀ ਖਾ ਲਓ ਜਾਂ ਉਤਰ ਕੇ ਖਾ ਲਿਓ ਰਸਤੇ ਦੇ ਵਿੱਚ ਹੀ ਕਿਉਂ ਖਾਣੀ ਹੈ ਦਿੱਲੀ ਨੂੰ ਫਲਾਈਟ ਪੜਨੀ ਹੋਵੇ ਤਾਂ ਜੀ ਆਪਣੇ ਮੁੱਖ ਮੰਤਰੀ ਦੇ ਨਿਵਾਸ ਤੋਂ ਮੁਹਾਲੀ 에ਰਪੋਰਟ ਤੱਕ ਹੈਲੀਕਾਪਟਰ ਵਰਤਿਆ ਗਿਆ ਜੀ ਕਈ ਵਾਰ ਵਰਤਿਆ ਗਿਆ ਜੀ ਬਿਲਕੁਲ ਵਰਤਿਆ ਗਿਆ ਸੋ ਚੰਗੇ ਗਰੀਬ ਨੇ ਜੀ ਤੋਂ ਉਹਨਾਂ ਨੇ ਭਗਵੰਤ ਮਾਨੌਰ ਨੇ ਇਸ ਪੱਖੋਂ ਵੀ ਘੇਰਿਆ ਕਿ ਚਰਨਜੀਤ ਸਿੰਘ ਚੰਨੀ ਹੁਰੀ ਖੁਦ ਮੰਨਦੇ ਆ ਕਿ ਮੇਰੇ ਕੋ ਆਪਣੇ ਰਿਸ਼ਤੇਦਾਰਾਂ ਤੇ ਨਿਗਾਨੀ ਰੱਖੀ ਗਈ ਉਹ ਕਹਿੰਦੇ ਜਿਹਦੇ ਤੋਂ ਰਿਸ਼ਤੇਦਾਰਾਂ ਤੇ ਨਿਗਾ ਨਹੀਂ ਰੱਖੀ ਗਈ ਉਹ ਪੰਜਾਬ ਦੇ ਉੱਤੇ ਨਿਗਾ ਕਿਵੇਂ ਰੱਖ ਸਕਦਾ ਇਹ ਗੱਲ ਉਹਨਾਂ ਨੇ ਕਹੀ ਕਿ ਰਾਹੁਲ ਗਾਂਧੀ ਹੁਰੀ ਕਹਿੰਦੇ ਕਿ ਚਿਹਰਾ ਵੇਖ ਕੇ ਲੋਕ ਵੋਟ ਪਾਉਣਗੇ ਉਹ ਕਹਿੰਦੇ ਵਾਕਈ ਇਹ ਗੱਲ ਠੀਕ ਆ ਲੋਕ ਚਿਹਰਾ ਵੇਖ ਕੇ ਵੋਟ ਪਾਉਣਗੇ ਪਰ ਚਰਨਜੀਤ ਸਿੰਘ ਚੰਨੀ ਹੁਰਾਂ ਦਾ ਚਿਹਰਾ ਵੇਖ ਕੇ ਵੋਟ ਨਹੀਂ ਪਾਉਣਗੇ ਬਲਕਿ ਆਪਣੇ ਘਰ ਦੇ ਅੰਦਰ ਬੱਚਿਆਂ ਦੇ ਭਵਿੱਖ ਨੂੰ ਵੇਖ ਕੇ ਵੋਟ ਪਾਉਣਗੇ ਕਿ ਕੌਣ ਉਹਨਾਂ ਨੂੰ ਪੜ੍ਹਾ ਸਕਦਾ ਆਪਣੇ ਬਜ਼ੁਰਗਾਂ ਦੇ ਚਿਹਰੇ ਨੂੰ ਵੇਖ ਕੇ ਵੋਟ ਪਾਉਣਗੇ ਕਿ ਕੌਣ ਉਹਨਾਂ ਦਾ ਮੁਫਤ ਇਲਾਜ ਕਰਵਾ ਸਕਦਾ ਹੈ ਇਹ ਵੀ ਕਿਹਾ ਕਿ ਉਹਨਾਂ ਨੇ ਦੋ ਕਰਪਟ ਸੀਐਮ ਜਿਹੜੇ ਉਹ ਦਿੱਤੇ ਇੱਕ ਕੈਪਟਨ ਅਮਰਿੰਦਰ ਸਿੰਘ ਤੇ ਦੂਸਰੇ ਚਰਨਜੀਤ ਸਿੰਘ ਚੰਨੀ ਹੁਰੀ ਭਗਵੰਤ ਮਾਨ ਵੱਲੋਂ ਚੰਨੀ ਸਾਹਿਬ ਦੇ ਬਾਰੇ ਕੀਤੇ ਗਏ ਕੁਝ ਖੁਲਾਸਿਆਂ ਤੋਂ ਬਾਅਦ ਅੱਜ ਦਾ ਅਗਲਾ ਇੱਕ ਵਿਸ਼ਾ ਜਿਹੜਾ ਹੁਣੇ-ਹੁਣੇ ਅੱਜ ਦੀ ਜਿਹੜੀ ਨਵੀਂ ਆ ਰਹੀ ਖਬਰ ਹੈ ਕੁਝ ਦੇਰ ਪਹਿਲਾਂ ਹੀ ਸਿਮਰਜੀਤ ਸਿੰਘ ਬੈਂਸ ਕਈ ਕਾਰਨਾ ਕਰਕੇ ਸੁਰਖੀਆਂ ਵਿੱਚ ਰਹਿੰਦੇ ਨੇ ਉਹਨਾਂ ਦੇ ਆਪਣੇ ਇਲਾਕੇ ਵਿੱਚ ਕੀਤੇ ਹੋਏ ਕੰਮ ਕਈ ਵਾਰੀ ਕਈ ਵਾਰੇ ਉਹਨਾਂ ਦਾ ਗੁੱਸਾ ਇੱਕ ਡਿਪਟੀ ਕਮਿਸ਼ਨਰ ਨੂੰ ਮੰਦੇ ਲਫ਼ਜ਼ ਬੋਲਣਾ ਇੱਕ ਔਰਤ ਬਣਾਉਣਾ ਤੇ ਦੋਸ਼ ਲਾਏ ਜਾਣਾ ਤੇ ਫਿਰ ਹੁਣ ਉਹਨਾਂ ਦੀ ਗ੍ਰਿਫਤਾਰੀ ਅੱਜ ਹੋ ਜਾਣੀ ਅਚਾਨਕ ਇਹ ਦੋਨਾਂ ਮਾਮਲੇ ਵਿੱਚੋਂ ਕਿਸੇ ਚ ਹੋਈ ਹੈ ਜਾਂ ਕੋਈ ਨਵਾਂ ਮਾਮਲਾ ਨਿਕਲਿਆ ਹੈ ਜੀ ਇਹ ਨਵਾਂ ਮਾਮਲਾ ਨਿਕਲਿਆ ਜੀ ਰਾਤ ਐਕਚੁਅਲੀ ਲੜਾਈ ਹੋਈ ਹੈ ਕਿਸੇ ਵੇਲੇ ਇਹਨਾਂ ਦਾ ਸਾਥੀ ਹੁੰਦਾ ਸੀਗਾ ਕੜਵਲ ਉਹਦੇ ਨਾਲ ਲੜਾਈ ਹੋਈ ਆ ਔਰ ਇਹ ਗ੍ਰਿਫਤਾਰੀ ਜਿਹੜੀ ਹੋਈ ਆ ਇਹ 307 ਦਾ ਮਾਮਲਾ ਦਰਦ ਕੀਤਾ ਗਿਆ ਸਿਮਰਜੀਤ ਬੈਂਸ ਦੇ ਉੱਤੇ ਤੇ ਉਹਦੇ بیٹے ਦੇ ਉੱਤੇ ਦੋਨਾਂ ਦੇ ਉੱਤੇ ਕਿਉਂਕਿ ਰਾਤ ਐਕਚੁਅਲੀ ਦੱਸਿਆ ਜਾ ਰਿਹਾ ਕਿ ਇਹਨਾਂ ਨੇ ਉਸ ਝਗੜੇ ਵਾਲੀ ਜਗ੍ਹਾ ਦੇ ਉੱਤੇ ਗੋਲੀਆਂ ਵੀ ਚਲਾਈਆਂ ਪੁਲਿਸ ਨੇ ਆਤਮਨਗਰ ਦੇ ਮੌਜੂਦਾ ਵਿਧਾਇਕ ਤੇ ਉਮੀਦਵਾਰ ਸਿਮਰਜੀਤ ਬੈਂਸ ਨੂੰ ਲੁਧਿਆਣੇ ਦੇ ਵਿੱਚ ਗ੍ਰਿਫਤਾਰ ਕੀਤਾ ਔਰ ਇਹ ਗ੍ਰਿਫਤਾਰੀ ਇਰਾਦਾ ਕਤਲ ਦੀ ਇੱਕ ਐਫਆਈਆਰ ਦੇ ਸਬੰਧ ਦੇ ਵਿੱਚ ਕੀਤੀ ਗਈ ਹੈ ਅਸਲ ਦੇ ਵਿੱਚ ਸਿਮਰਜੀਤ ਬੈਂਸਰੀ ਲੁਧਿਆਣੇ ਦੇ ਜਿਹੜਾ ਅਦਾਲਤੀ ਕੰਪਲੈਕਸ ਹੈ ਉਹਦੇ ਬਾਰ ਰੂਮ ਦੇ ਵਿੱਚ ਇੱਕ ਸੰਬੋਧਨ ਕਰਨ ਦੇ ਵਾਸਤੇ ਵਕੀਲਾਂ ਦੀ ਮੀਟਿੰਗ ਨੂੰ ਗਏ ਸੀਗੇ ਉੱਥੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਆ ਗਈ ਪਹਿਲਾਂ ਤਾਂ ਵਕੀਲਾਂ ਨੇ ਗ੍ਰਿਫਤਾਰ ਨਹੀਂ ਕਰਨ ਦਿੱਤਾ ਉਹਨਾਂ ਨੂੰ ਫਿਰ ਪੁਲਿਸ ਫੋਰਸ ਜ਼ਿਆਦਾ ਸੀ ਤੇ ਉਹਨਾਂ ਨੇ ਜਦੋਂ ਉਹ ਬਾਹਰ ਨਿਕਲਣ ਲੱਗੇ ਉਸ ਵੇਲੇ ਗ੍ਰਿਫਤਾਰ ਕਰ ਲਿਆ ਤੇ ਉਥੋਂ ਖਿੱਚ ਕੇ ਪੁਲਿਸ ਜਿਹੜੀ ਉਹਨਾਂ ਨੂੰ ਲੈ ਗਈ ਬੈਂਸ ਨੂੰ ਗ੍ਰਿਫਤਾਰ ਕਰਕੇ ਏਡੀਸੀਪੀ ਜਿਹੜੇ ਨੇ ਰਵਚੰਦ ਸਿੰਘ ਬਰਾੜ ਉਹ ਆਪ ਜਿਪਸੀ ਚਲਾ ਕੇ ਬਾਹਰ ਨਿਕਲੇ ਤਾਂ ਬੈਂਸ ਦੇ ਜਿਹੜੇ ਸਮਰਥਕ ਸੀ ਉਹਨਾਂ ਨੇ ਹੰਗਾਮਾ ਕੀਤਾ ਨਾਹਰੇਬਾਜੀ ਕੀਤੀ ਜਿਪਸੀ ਦੇ ਮੂਹਰੇ ਲਟਗੇ ਜਿਨ੍ਹਾਂ ਨੂੰ ਪੁਲਿਸ ਨੇ ਉਥੋਂ ਜਬਰੀ ਜਿਹੜਾ ਸੀ ਉਹ ਹਟਾਇਆ ਰਾਤੀ ਇਹ ਲੜਾਈ ਹੋਈ ਆ ਜਿਹਦੇ ਵਿੱਚ ਸਿਮਨਜੀਤ ਸਿੰਘ ਬੈਂਸ ਉਹਦੇ ਭਰਾ ਪਰਮਜੀਤ ਸਿੰਘ ਬੈਂਸ ਉਹਨਾਂ ਦੇ بیٹے ਅਜੇਪ੍ਰੀਤ ਸਿੰਘ ਬੈਂਸ ਸਣੇ 33 ਲੋਕ ਨਾਮਜ਼ਦ ਕੀਤੇ ਗਏ ਆ 100 ਤੋਂ 150 ਦੇ ਕਰਾਬ ਤਕਰੀਬ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਇਹਦੇ ਵਿੱਚ ਆਰਮਜ਼ ਐਕਟ ਵੀ ਜਿਹੜਾ ਉਹ ਲਾਇਆ ਗਿਆ ਔਰ 307 ਲੱਗੀ ਹੈ ਅਰਾਧਾ ਕਤਲ ਲੱਗੀ ਆ ਬੈਂਸ ਤੇ ਕੜਵਲ ਆਤਮਨਗਰ ਹਲਕੇ ਤੋਂ ਆਮੋ ਸਾਹਮਣੇ ਨੇ ਟੜਵਲ ਧੜੇ ਨੇ ਇਹ ਦੋਸ਼ ਲਾਇਆ ਸੀਗਾ ਕਿ ਬੈਂਸ ਧੜੇ ਨੇ ਉਹਨਾਂ ਦੇ ਹਲਕੇ ਦੇ ਵਿੱਚ ਉਹਨਾਂ ਤੇ ਹਮਲਾ ਬੋਲਿਆ ਨਾ ਸਿਰਫ ਪੱਥਰਬਾਜ਼ੀ ਕੀਤੀ ਕੁੱਟਮਾਰ ਕੀਤੀ ਗੋਲੀਆਂ ਵੀ ਜਿਹੜੀਆਂ ਸੀ ਉਹ ਚਲਾਈਆਂ ਇੱਕ ਵਾਇਰਲ ਵੀਡੀਓ ਦੇ ਵਿੱਚ ਗੱਡੀਆਂ ਦੀ ਭੰਨ ਤੋੜ ਤੇ ਪੱਥਰਬਾਜ਼ੀ ਤਾਂ ਸਪਸ਼ਟ ਹੈ ਇੱਕ ਵਿਅਕਤੀ ਇਹ ਕਹਿੰਦਾ ਨਜ਼ਰ ਆਉਂਦਾ ਹੈ ਕਿ ਤਿੰਨ ਗੋਲੀਆਂ ਬੈਂਸ ਧੜੇ ਦੇ ਵੱਲੋਂ ਚਲਾਈਆਂ ਗਈਆਂ ਨੇ ਸਿਮਰਜੀਤ ਸਿੰਘ ਬੈਂਸੁਰੀ ਅਸਲ ਦੇ ਵਿੱਚ ਪਹਿਲਾਂ ਹੀ ਕੰਟਰੋਵਰਸੀ ਦੇ ਵਿੱਚ ਨੇ ਜਿਹੜਾ ਜ਼ਬਰਦਨਾਹ ਤੇ ਦੋਸ਼ ਉਹਨਾਂ ਦੇ ਉੱਤੇ ਲੱਗੇ ਹੋਏ ਨੇ ਉਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਉਹਨਾਂ ਨੂੰ ਗ੍ਰਿਫਤਾਰੀ ਤੋਂ ਰਾਹਤ ਦਿੱਤੀ ਆ ਪਰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਹੋ ਜਾਣਾ ਸਿਮਰਜੀਤ ਸਿੰਘ ਬੈਂਸੁਰਾ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਕਰੂਗਾ ਕਿਉਂਕਿ ਬਾਕੀ ਕਈ ਹੋਰ ਮਾਮਲੇ ਉਹਨਾਂ ਦੇ ਉੱਤੇ ਦਰਜ ਨੇ ਤੁਹਾਡੀ ਗੱਲ ਬਿਲਕੁਲ ਠੀਕ ਆ ਉਹ ਵਕ ਵਕ ਮਾਮਲਿਆਂ ਦੇ ਵਿੱਚ ਕੰਟਰੋਵਰਸੀਜ਼ ਦੇ ਵਿੱਚ ਰਹਿੰਦੇ ਆ ਔਰ ਪੁਲਿਸ ਵਗੈਰਾ ਦੇ ਨਾਲ ਖਾਸ ਤੌਰ ਦੇਤੇ ਪੰਗਾ ਲੈਂਦੇ ਰਹਿੰਦੇ ਆ ਪਰ ਇਹ ਵੀ ਰਿਐਲਿਟੀ ਆ ਕਿ ਉਹਨਾਂ ਦੀ ਜਿਹੜੇ ਕੈਬਨਿਟ ਮੰਤਰੀ ਨੇ ਭਾਰਤ ਭੂਸ਼ਣ ਆਸ਼ੂ ਦੇ ਨਾਲ ਨੇੜਤਾ ਉਹ ਉਹਨਾਂ ਨੇ ਕਦੀ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਣ ਦਿੱਤੀ ਬੜਾ ਇੰਟਰਸਟਿੰਗ ਫੈਕਟ ਨੇ ਜੀ ਪੰਨੂ ਸਾਹਿਬ ਪ੍ਰੋਗਰਾਮ ਦਾ ਸਮਾਂ ਸਾਡਾ ਖਤਮ ਹੋ ਗਿਆ ਜੀ ਫੇਰ ਇੱਕ ਨਵਾਂ ਪ੍ਰੋਗਰਾਮ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਔਰ ਨਵੇਂ ਵਿਸ਼ਿਆਂ ਦੇ ਨਾਲ ਉਦੋਂ ਤੱਕ ਲਈ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ